ਕੋਈ ਐ ਕਿ ਯਾਦ ਜਿਹੜੀ ਅੱਜ ਵੀ ਇਕੱਲੇ ਬੈੰਨੇ ਹੋ ਤੇ ਉਹ ਜ਼ਹਿਨ ਦੇ ਵਿੱਚ ਆਉਂਦੀ ਹੈ ਵੀ ਉਦੋਂ ਇੱਕ ਵਾਰ ਇਦਾਂ ਵੀ ਹੋਇਆ ਸੀ ਬਿੱਟੀ ਕਹਿਣ ਲੱਗੀ ਵੀ ਅਸੀਂ ਤਾਂ ਜੀ ਹੁਣ ਭਾਜੀ ਹੁਣ ਅਸੀਂ 8-10 ਹਜ਼ਾਰ ਚ ਨਹੀਂ ਜਾਂਦੇ 15-16 18 ਹਜ਼ਾਰ ਮੰਗਣ ਲੱਗ ਤੇ ਚੰਦੀ ਰਾਮ ਕਹਿੰਦਾ ਹੁੰਦਾ ਸੀ ਮੈਂ ਤਾਂ ਕਿਸੇ ਵੀ ਚੌਂਪ ਚ ਤੁੰਗੀ ਲੈ ਕੇ ਖੜ ਗਿਆ ਪੈਸੇ ਗੁਰਦਾਸ ਮਾਨ ਦੀ ਕੋਈ ਇਹੋ ਜਿਹੀ ਘਟਨਾ ਉਹ ਯਾਦ ਉਹ ਮਾਂ ਨੂੰ ਉੱਥੇ ਚੁੰਨੀਆਂ ਰੰਗ ਕੇ ਦੁਨੀਆ ਰੰਗ ਕੇ ਪੱਗਾ ਰੰਗ ਕੇ ਮਾਂ ਨੂੰ ਦਵਾਈ ਅਸੀਂ ਦਵਾਉਂਦੇ ਰਹੇ ਇੱਥੇ ਉਹ ਰੇਸਾਂ ਘਾੜੀ ਜਾਂਦਾ ਪਾਉਂਦੀ ਆ ਮਾਂ ਦੀ ਮਾਂ ਦੀ ਵਾਰ ਸ਼ਤਰੂਬੰਦ ਸਿਨਾ ਹੰਤੇ ਹੇਮਾ ਮੰਦ ਇਹ ਰਖੜੀ ਬੰਨ੍ਹ ਕਹਿੰਦਾ ਬਸਰ ਮੋਹਨ ਸਿੰਘ ਕੋਰਸਾ ਚ ਵੀ ਗੁੰਦ ਉਹ ਦੇ ਉਹਦੀ ਕਫਤਾ ਚ ਕੋਈ ਤਾਂ ਗਲਤੀ ਹੋ ਗਈ ਸੀ ਉਹ ਉਸੇ ਇਦਾਂ ਕ ਲੈਣਾ ਵੀ ਮੈਨੂੰ ਲੱਗਿਆ ਤੇਰਾ ਚੋਰਾ ਨਹੀਂ ਜਿਵੇਂ ਕਣਕ ਨੂੰ ਲੱਗਿਆ ਢੋਰਾ ਨੂੰ ਕਣਕ ਨੂੰ ਸੋਸਰੀ ਲੱਗਦੀ ਹੈ ਢੋਰਾ ਛੋਲੇ ਨੂੰ ਬਿਲਕੁਲ ਸਹੀ ਕਰਨੇ ਸਿੰਘ ਘੋਵਾ ਨੂੰ ਖੋਜ ਕੋਈ ਨਹੀਂ ਰਹਿਤਾ ਬਾਕਾਇਦਾ ਜਿਉਣੇ ਮੌੜਨ ਤਾਂ ਫਾਸੀ ਲੱਗਦੀ ਹੂੰ ਅੱਜ ਦਾ ਵਿਚਾਰ ਸਾਤਰੀਆ ਕਾਲ ਜੀ ਪ੍ਰਾਈਮੇਸ਼ਾ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਅੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਾਂ ਹਰਮਨ ਥੈਂਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਲਗਾਤਾਰ ਤੁਹਾਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਅੱਜ ਫਿਰ ਤੋਂ ਮੌਜੂਦ ਨੇ ਸ਼ਮਸ਼ੇਰ ਸੰਧੂ ਜੀ ਸੋ ਸਰ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬਹੁਤ ਮਿਹਰਬਾਨੀ ਸਾਨੂੰ ਸਾਹਿਬ ਪਿਛਲੀ ਕਿਸ਼ਤ ਦੇ ਵਿੱਚ ਸੁਰਜੀਤਬਿੰਦਰ ਖੀਆ ਬਾਰੇ ਜਿੰਨੀਆਂ ਗੱਲਾਂ ਕੀਤੀਆਂ ਬੜੀਆਂ ਚੰਗੀਆਂ ਲਗੀਆਂ ਭਾਵੇਂ ਪੰਜ ਕਿਸ਼ਤਾਂ ਹੋਰ ਕਰ ਲਈਏ ਇਸ ਵਿਸ਼ੇ ਦੇ ਉੱਤੇ ਉਹ ਥੋੜੀਆਂ ਹੀ ਆ ਕਿਉਂਕਿ ਤੁਹਾਡਾ ਦਹਾਕਿਆ ਦਾ ਸਫਰ ਐਨੇ ਗੀਤ ਗਾਏ ਲਿਖੇ ਬਲਮਾਏ ਥਾਂ ਪਰ ਥਾਂ ਗਏ ਪਰ ਉਹ ਥੋੜਾ ਹੀ ਲੱਗਦਾ ਵੀ ਭਾਈ ਜਿੰਨਾ ਵੀ ਇਹਦੇ ਵਿੱਚ ਹਾਸਲ ਕਰ ਲਈਏ ਹੁਣ ਹੋਰ ਕਲਾਕਾਰਾਂ ਵੱਲ ਚਲਦੇ ਆ ਸਤਵਿੰਦਰ ਬਿੱਟੀ ਜੀ ਦੇ ਗੀਤ ਬਹੁਤ ਮਕਬੂਲ ਹੋਏ ਜਿਹੜੇ ਤੁਸੀਂ ਲਿਖੇ ਆ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਚੀਨਾ ਹਾਂਜੀ ਤੇ ਚੁਟਕੀ ਦੇ ਨਾਲ ਬੁਲਾਉਂਦਾ ਜੀ ਤੇ ਪਤਾ ਹੀ ਨਹੀਂ ਕਿਹਦਾ ਕਿਹਦਾ ਨਾਮ ਲੱਗੇ ਤੇ ਉਹ ਸੁਪਰ ਡੁਪਰ ਹਿੱਟ ਹਾਂਜੀ ਜੇ ਕੁੜੀ ਗਾਉਂਦੀ ਆ ਤਾਂ ਉਹ ਤੋੜਦੀ ਕਮਾਲ ਮੁੰਡਾ ਗਾਵੇ ਤਾਂ ਉਹ ਤੋੜਦੀ ਕਮਾਲ ਵੀ ਇਹ ਫਿਰ ਸਤਵਿੰਦਰ ਬਿੱਟੀ ਦੇ ਨਾਲ ਕਿਵੇਂ ਮੇਲਜੋਲ ਹੋਇਆ ਫਿਰ ਉਧਰ ਤੁਸੀਂ ਸਰਦੂਲ ਲਈ ਵੀ ਗੀਤ ਲਿਖ ਰਹੇ ਹੋ ਉਧਰ ਹੋਰ ਨਾਂ ਦੇ ਲਈ ਵੀ ਲਿਖ ਰਹੇ ਹੋ ਫਿਰ ਜਦੋਂ ਇੱਕ ਮੌਕਾ ਹੁੰਦਾ ਵੀ ਕਲਾਕਾਰ ਗੀਤਕਾਰ ਤੋਂ ਗੀਤ ਮੰਗਦੇ ਪਰ ਉਹਨੇ ਲਿਖੇ ਨਹੀਂ ਜਾਂਦੇ ਹੁੰਦੇ ਫਿਰ ਤਾਂ ਠੱਪਾ ਹੀ ਲੱਗਦਾ ਕਿਵੇਂ ਨਾ ਕਿਵੇਂ ਉਰੇ ਉਰੇ ਵੀ ਕਈ ਕੁਝ ਹੁੰਦਾ ਹੋ ਜਾ ਫਿਰ ਇਹ ਹੁੰਦਾ ਸੀ ਇਹ ਇਹ ਇਸ ਤਰ੍ਹਾਂ ਸੀ ਆਪਣਾ ਸਤਵਿੰਦਰ ਬਿੱਟੀ ਮੇਲਿਆਂ ਦੇ ਵਿੱਚ ਗਾਉਂਦੀ ਹੁੰਦੀ ਸੀ ਹੂੰ ਤੇ ਇਹਨਾਂ ਦੀ ਟੀਮ ਦੇ ਵਿੱਚ ਇੱਕ ਸੀਗਾ ਮਨਜੀਤ ਬਿੱਲਾ 뮤జిਸ਼ੀਅਨ ਸੀ ਉਹਨਾਂ ਦਾ ਪਹਿਲਾਂ ਗੁਰਦਾਸ ਮਾਨ ਨਾਲ ਵੀ ਰਿਹਾ ਉਹ ਮੇਰਾ ਪੁਰਾਣਾ ਵਾਕਫ ਸੀ ਆੜੀ ਉਹਨੇ ਕਿਹਾ ਜੀ ਵੀ ਆ ਵੀ ਆਹੀ ਅਸੀਂ ਤੁਰੇ ਫਿਰਦੇ ਆ ਮੁਫਤ ਦੇ ਮੇਲਿਆਂ 'ਚ ਕਦੇ ਮਿਲਦੀ ਆ ਟਾਈਮ ਮਿਲਦਾ ਕਦੇ ਨਹੀਂ ਮਿਲਦਾ ਕੋਈ ਸੋਚੋ ਸ਼ਾਇਦ ਨਵਾਂ ਸ਼ਹਿਰ ਦਾ ਨੰਦਸਰਾ ਮੇਲਾ ਸੀਗਾ ਤੇ ਵੀ ਆ ਤੁਸੀਂ ਨਿਊ ਇਅਰ ਬਣਾਉਣੀ ਆਂ ਵਿਸਾਖੀਆਂ ਬਣਾਉਣੀ ਆਂ ਇਹਦੇ ਵਿੱਚ ਬਿੱਟੀ ਨੂੰ ਵੀ ਮੌਕਾ ਦਿਓ ਤੇ ਮੈਂ ਉਹਦੀ ਗੱਲ ਮੰਨ ਕੇ ਤੇ ਮੈਂ ਕਿਹਾ ਚੱਲ ਕੋਈ ਨਹੀਂ ਆ ਜਿਹੜਾ ਹੁਣ ਬਣਾਉਨੇ ਆ ਫਿਰ ਉਹਦੇ ਵਿੱਚ ਹੀ ਆ ਜਿਓ ਬਕਰ ਉਹ ਅਸੀਂ ਵਿਸਾਖੀ ਚ ਤੋਂ ਗਵਾਤਾ ਘੜੀ ਮੂੜੀ ਮੈਨੂੰ ਸੁਰਮਾ ਪਾਉਣ ਦੀ ਆਦਤ ਜਈਆ ਪੈ ਗਈ ਹੂੰ ਤੇ ਨਾਲ ਹੀ ਮਗਰੇ ਨਿਊ ਯੀਅਰ ਆਇਆ ਤੇ ਉਹਦੇ ਚ ਪਾਤਾ ਵੀ 10 ਭਾਵੀਏ ਨਹੀਂ ਮੁੰਡਾ ਕਿਹੜੇ ਪਿੰਡੋਂ ਕਿਹੜੇ ਪਿੰਡੋਂ ਹਜੇ ਤੱਕ ਬਾ ਮੇਰੀ ਕਰੇ ਸਾ ਸਾ ਗਿੱਧੇ ਵਿੱਚ ਜਿਨੇ ਮੇਰੀ ਫੜ ਲਈ ਸੀ ਬਾ ਜੀ ਉੱਥੋਂ ਇੱਕਦਮ ਹੀ ਬਿੱਟੀ ਜੰਪ ਕਰ ਗਈ ਤੇ ਉਹ ਆਪ ਹੀ ਗੁੱਡੂ ਮਿਊਜ਼ਿਕ ਡਾਇਰੈਕਟਰ ਨਾਲ ਹੁੰਦਾ ਸੀ ਤੇ ਬਿੱਟੀ ਕਹਿਣ ਲੱਗੀ ਵੀ ਅਸੀਂ ਤਾਂ ਜੀ ਹੁਣ ਭਾਜੀ ਹੁਣ ਅਸੀਂ 8-10000 ਚ ਨਹੀਂ ਜਾਂਦੇ ਅਸੀਂ ਤਾਂ 15-16 18000 ਮੰਗਣ ਲੱਗ ਗਏ ਅੱਛਾ ਉਸ ਤੋਂ ਗਾਂਹ ਜਾ ਕੇ ਫਿਰ ਚੁਟਕੀ ਨਾਲ ਬੁਲਾਉਂਦਾ ਆ ਗਿਆ ਫਿਰ ਹੋਰ ਵੀ ਦਿਲ ਦੀ ਛਤਰੀ ਤੇ ਆ ਗਿਆ ਇਸ ਤਰ੍ਹਾਂ ਆ ਗਿਆ ਤੇ ਇਹ ਕਹਿੰਦੇ ਜੀ ਵੀ ਅਸੀਂ ਤੁਹਾਡੇ 6 ਉਦੋਂ ਕੋਈ ਜੇ 6 ਗਾਏ ਸੀ ਵਿੱਚ ਤੁਹਾਡੇ 6 ਗੀਤਾਂ ਨਾਲ ਅਸੀਂ ਪੂਰਾ ਯੂਰਪ ਦਾ ਦੌਰਾ ਕਰਿਆ ਅੱਛਾ ਤੇ ਵੀ ਹੁਣ ਤਾਂ ਅਸੀਂ 40-50000 ਚ ਜਾਂਦੇ ਆ ਤੇ ਲੇਖਕ ਲਈਏ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਵੀ ਮੇਰੇ ਗੀਤਾਂ ਨੇ ਯੂਰਪ ਦੌਰਾ ਕਰਾਤਾ ਹੂੰ ਤੇ ਇਹ ਬਿੰਦ ਰੱਖੀਏ ਤਾਂ ਬਾਅਦ ਜੇ ਜਿਆਦਾ ਮੇਰੇ ਗੀਤ ਜੇ ਕਿਸੇ ਨੂੰ ਜਿਆਦਾ ਚੜੇ ਕਿਸੇ ਦੀ ਜ਼ੁਬਾਨ ਤੇ ਤਾਂ ਉਹ ਮਿੱਟੀ ਦੇ ਗੀਤੀ ਹੋਏ ਸਹੀ ਲੇਕਿਨ ਇਸੇ ਦੌਰਾਨ ਮੈਂ ਕਸੂਰ ਹੰਸ ਰਾਜ ਦਾ ਲੱਗਦੇ ਹੱਥ ਦੱਸਦਿਆਂ ਇੱਕ ਵਾਰ ਹੰਸਰਾ ਜਦੋਂ ਅੰਤਾਂ ਦੇ ਮੇਲਿਆਂ ਦੇ ਟੂਰਨਾਮੈਂਟਾਂ ਦੇ ਵਿਆਹਾਂ ਦੇ ਪ੍ਰੋਗਰਾਮ ਕਰਦਾ ਹੁੰਦਾ ਸੀਗਾ ਇੱਕ ਸਮਾਂ ਐਸਾ ਆਇਆ ਕਿ ਹੰਸ ਰਾਜ ਦਾ ਪ੍ਰੋਗਰਾਮ ਮੇਰੇ ਗੀਤ ਤੋਂ ਸ਼ੁਰੂ ਹੁੰਦਾ ਸੀ ਮੇਰੇ ਗੀਤ ਨਾਲ ਉਹਦਾ ਪ੍ਰੋਗਰਾਮ ਖਤਮ ਹੁੰਦਾ ਸੀ ਇਹ ਡੇਢ ਸਾਲ ਦਾ ਇੱਕ ਸਮਾਂ ਐਸਾ ਆ ਅੱਛਾ ਜੀ ਉਹ ਹਰਮਨ ਜੀ ਪਹਿਲਾ ਗੀਤ ਇਹਦਾ ਧਾਰਮਿਕ ਹੁੰਦਾ ਸੀ ਨਾ ਧੁੱਪ ਰੇਣੀ ਨਾ ਛਾਂ ਬੰਦੇ ਆ ਵਾਹ ਇਕ ਰਹਿਣਾ ਰੱਬ ਦਾ ਨਾਮ ਵੰਦਿਆ ਤੇ ਆਖਰੀ ਗੀਤ ਹੁੰਦਾ ਸੀ ਸਮੀ ਮੇਰੀ ਵਾਰ ਮੈਂ ਵਾਰੀ ਆ ਸਮੀ ਤੇ ਇਸ ਤਰ੍ਹਾਂ ਦਾ ਮਤਲਬ ਇਹ ਜਿਹੜਾ ਹੈਗਾ ਬਿੱਟੀ ਦਾ ਤਾਂ ਫਿਰ ਜਣੀ ਉਹ ਆਪ ਹੀ ਉਹ ਕਹਿੰਦੀ ਹੁੰਦੀ ਸੀ ਵੀ 2 ਘੰਟੇ ਦੀ ਸਟੇਜ ਦੇ ਵਿੱਚੋਂ ਸਵਾ ਲ ਘੰਟਾ ਤਾਂ ਤੁਹਾਡੇ ਗੀਤਾਂ ਨਾਲ ਜਾਂਦਾ ਜੀ ਜੀ ਤੇ ਜਦੋਂ ਇਕੱਠੇ ਇੰਨੇ ਗਾਇਕਾਂ ਨੂੰ ਇੰਨੇ ਸਾਰੇ ਗੀਤ ਲਿਖ ਕੇ ਦੇ ਰਹੇ ਹੋ ਕਿੰਨਾ ਸਮਾਂ ਫਿਰ ਲਿਖਦੇ ਰਹਿੰਦੇ ਸੀ ਕਿੰਨਾ ਸਮਾਂ ਹਰ ਰੋਜ਼ ਗੀਤਕਾਰੀ ਨੂੰ ਦਿੰਦੇ ਸੀ ਜੀ ਤਾਂ ਔੜਦਾ ਔੜਦਾ ਜੇ ਔੜਦਾ ਹੋਵੇ ਹੋ ਸਕਦਾ ਹੁਣੇ ਬੈਠੇ ਔੜ ਜੀ ਜੀ ਨਾ ਔੜੇ ਹੋ ਸਕਦਾ ਮਹੀਨਾ ਨਾ ਔੜੇ ਹਾਂਜੀ ਹਾਂਜੀ ਪਰ ਗੱਲ ਇਹ ਆ ਵੀ ਜਿਨੇ ਮਾਸਟਰ ਆਪਣਾ ਦੇਣਾ ਕੰਪਨੀ ਨੂੰ ਤੇ ਉਹ ਤਾਂ ਫਿਰ ਦੇਣਾ ਹੀ ਆ ਨਾ ਉਦੋਂ ਤੱਕ ਬਿਲਕੁਲ ਫਿਰ ਉਹ ਕਿਵੇਂ ਸਾਰਾ ਕੁਝ ਮੈਨੇਜ ਹੁੰਦਾ ਸੀ ਪ੍ਰਬੰਧ ਕਿਵੇਂ ਹੁੰਦਾ ਸੀ ਇਹ ਉਦੋਂ ਪੰਜਾਬੀ ਟਰਮੀਨ ਦੀ ਨੌਕਰੀ ਵੀ ਕਰਨੀ ਹੈ ਇਧਰ ਤੁਸੀਂ ਕਲਾਕਾਰਾਂ ਲਈ ਸਮਾਂ ਵੀ ਕੱਢਣਾ ਹੈ ਉਧਰ ਤੁਸੀਂ ਉਹਨਾਂ ਦੇ ਦੌਰਿਆਂ ਦਾ ਪ੍ਰਬੰਧ ਵੀ ਕਰਨਾ ਹੈ ਇਹਨਾਂ ਦਾ ਵੀ ਕਰਵਾਉਣਾ ਹੈ ਚਾਰੇ ਪਾਸੇ ਨਿਗਾਹ ਰੱਖਦੇ ਆ ਇੰਨਾ ਕੰਮ ਕਰਨਾ ਵੈਸੇ ਦੌਰਾ ਪੈਣ ਵਾਲਾ ਬੰਦਾ ਹੋ ਜਾਂਦਾ ਉਸ ਤੋਂ ਬਾਅਦ ਮਿਊ ਅਤਲ ਸ਼ਰਮਾ ਜੀ ਦੇ ਨਾਲ ਵੈ ਕੇ ਵੀ ਜਿਹੜੇ ਮਿਊਜ਼ਿਕ ਦੀਸ ਬਣਾਉਂਦੇ ਆ ਵੋਕਲ ਕਰਾਉਣ ਵੇਲੇ ਵੀ ਸ਼ਬਦ ਗਲਤ ਪਰ ਉਹਨਾਂ ਕਰ ਦੇਣਾ ਜੀ ਤੇ ਵੀ ਜਿਵੇਂ ਸਰਦੂਲ ਮਹਿੰਦੀ ਕਹਿੰਦਾ ਹੁੰਦਾ ਸੀ ਮਹਿੰਦੀ ਤੋਂ ਮਹਿੰਦੀ ਵੀ ਕਰਾਉਣਾ ਹੁੰਦਾ ਸੀ ਕਹਿ ਕੇ ਤੇ ਬਿੰਦ ਰਖੀ ਇਹਨਾਂ ਨੇ ਨੈ ਕਹਿੰਦਾ ਹੁੰਦਾ ਸੀ ਨੈ ਤੋਂ ਨੇ ਕਰਾਉਣਾ ਹੁੰਦਾ ਸੀਗਾ ਹਾਂ ਅਖਬਾਰ ਦੀ ਨੌਕਰੀ ਫਿਰ ਐਡੀਟਿੰਗ ਟੇਬਲ ਤੇ ਜਾ ਕੇ ਜਦੋਂ ਵੀਡੀਓ ਬਣਦੀ ਸੀ ਉਹਦੇ ਵਿੱਚ ਵੀ ਉੱਥੇ ਨਾਲ ਬਹਿਣਾ ਪੈਂਦਾ ਸੀ ਕਿਉਂਕਿ ਸਵੇਰ ਦੇ 4-4 ਵਜ ਜਾਂਦੇ ਸੀ એનર્ਜੀ ਇੰਨੀ ਸੀ ਮਸੀ ਤੇ ਨਾਲ ਲਿਖਣ ਦਾ ਮਤਲਬ ਇਨਾ ਔੜਦਾ ਸੀਗਾ ਵੀ 4-4 5-5 ਗੀਤ ਆਏ ਨਹੀਂ ਕਦੇ ਜੇ ਹੋਇਆ ਵੀ ਮੈਂ ਇੱਕ ਗੀਤ ਲਿਖ ਕੇ ਦੂਸਰਾ ਰੁਕ ਗਿਆ ਹੋਵਾਂ ਇੱਕ ਗੀਤ ਦੇ ਵਿੱਚੋਂ ਐ ਦੋ ਦੋ ਤਿੰਨ ਤਿੰਨ ਚਾਰ ਚਾਰ ਫੁੱਟ ਪੈਂਦੇ ਸੀ ਉਹ ਸਾਰੇ ਕਾਗਜ਼ ਸੰਭਾਲੇ ਹੋਏ ਆ ਵਾਹ ਜਿਵੇਂ ਯਾਰ ਬੋਲਦਾ ਗੀਤ ਹਾਂਜੀ ਮਤਲਬ ਆਇਆ ਔੜਦਾ ਸੀ ਜਿਵੇਂ ਨਿਆਗਰਾ ਫਾਲ ਦਾ ਪਾਣੀ ਆ ਮਤਲਬ ਇੱਕ ਲਾਈਨ ਨੂੰ ਦੇ ਦੇ ਕਈ ਵਾਰ ਮੈਂ ਉਹਦੀ ਕਈ ਕਈ ਸ਼ੀਟਸ ਬਣਾ ਲੈਂਦਾ ਸੀ ਹੁਣ ਦੇਖੋ ਉਹ ਜਿਹੜੀ ਹੈ ਨਾ ਪੱਗ ਬੰਦ ਦਾ ਜਿਉਨੇ ਮੋੜ ਵਾਲੀ ਨਹੀਂ ਇਹਦੀਆਂ 6-7 ਲਾਈਨਾਂ ਲਿਖੀਆਂ ਸੀ ਪੱਗ ਬੰਦ ਦਾ ਉਹ ਜੱਗੇ ਡਾਕੂ ਵਾਲੀ ਨਹੀਂ ਪੱਗ ਬੰਦ ਦਾ ਜਿਉਨੇ ਮੋੜ ਵਾਲੀ ਨਹੀਂ ਪੱਗ ਬੰਦ ਦਾ ਉਹ ਦੁੱਲੇ ਪੱਟੀ ਵਾਲੀ ਨਹੀਂ ਪੱਗ ਬੰਦ ਦਾ ਉਹ ਤੁਰਲੇ ਵਾਲੀ ਨਹੀਂ ਪੱਗ ਬੰਦ ਦਾ ਫਰਲੇ ਵਾਲੀ ਨਹੀਂ ਹੁਣ ਇਹ ਚ ਇੱਕ ਰੱਖਣੀ ਸੀ ਮਤਲਬ ਆਏ ਆਏ ਆਇਆਂ ਲਾਈਨਾਂ ਔੜ ਜਾਂਦੀਆਂ ਸੀ ਪਿੱਛੋਂ ਧੱਕੇ ਦੇ ਦੇ ਕੇ ਗੀਤ ਆਉਂਦੇ ਸੀਗੇ ਤੇ ਜਿਹਦੇ ਚਾਹੇ ਹੁੰਦਾ ਨਾ ਵੀ ਚਾਹ ਬਣਾਉਣ ਨਾਲ ਫਿਰ ਪੁੱਛਣ ਲੱਗ ਜਾਂਦਾ ਵੀ ਮਿੱਠਾ ਤੇ ਕਿੰਨੀ ਕੁ ਰੱਖਣੀ ਆ ਵਿੱਚ ਮਸਾਲਾ ਪਾਵਾਂ ਅਦਰਕ ਪਾਉਣਾ ਕਿ ਨਹੀਂ ਪਾਉਣਾ ਜੀ 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 ਤੇ ਕਿੰਨਾ ਕੁ ਕਮਰਸ਼ਲ ਰੱਖਣਾ ਕਿੰਨਾ ਕੁ ਰੱਖਣਾ ਹੁਣ ਜਿਵੇਂ ਸਰਦੂਲ ਇਕ ਵਾਰ ਗਿਲਾ ਸ਼ਿਕਵਾ ਕਰੀ ਜਾਵੇ ਭਾਜੀ ਤੁਸੀਂ ਨੂਰੀ ਵਾਸਤੇ ਗੀਤ ਸੁਣਾਇਆ ਸੀਗਾ ਦਸ ਭਾਬੀ ਨੇ ਮੁੰਡਾ ਕਿਹੜਾ ਪਿੰਡ ਦਾ ਮੋੜ ਕੇ ਬੇਟੀ ਨੂੰ ਦੇਤਾ ਕਿਉਂਕਿ ਹੱਟ ਜਾਦਾ ਹੋ ਗਏ ਸੀ ਬੇਟਾ ਤੇ ਉੱਥੋਂ ਜਿਆਦਾ ਜੰਪ ਹੋਈ ਹੋ ਸਕੀ ਉਹ ਮੈਂ ਕਿਹਾ ਯਾਰ ਬੜੀ ਸਧਾਰਨ ਜੀ ਗੱਲ ਆ ਸਰਦੂਲ ਇੰਨਾ ਤਾਂ ਧਿਆਨ ਮਾਰਿਆ ਕਰੋ ਸੁਣਾਇਆ ਤਾਂ ਮੈਂ ਵੈਸੇ ਸੀ ਵੀ ਆ ਨਵੇਂ ਨਵੇਂ ਸਾਲ ਚ ਪਾ ਰਹੇ ਆਂ ਉਹ ਨੂਰੀ ਮੈਰਿਡ ਲੜਕੀ ਆ ਉਹ ਨਨਦ ਪਰਜਾਈ ਦਾ ਗੀਤ ਆ ਨਨਦ ਕੁਆਰੀ ਨਨਦ ਕਹਿ ਰਹੀ ਆ ਉਹ ਬਿੱਟੀ ਉਹਦੋਂ ਅਨਮੈਰਿਡ ਸੀ ਇਹ ਬਿੱਟੀ ਨੂੰ ਫਾਪਦਾ ਗਈ ਤਾਂ ਹੂੰ ਇਹ ਮੈਂ ਬਹੁਤ ਧਿਆਨ ਰੱਖਦਾ ਸੀ ਕਿ ਨੂੰ ਕਿਹੜਾ ਫਾਪਦਾ ਵਾ ਹੁਣ ਯਾਰ ਬੋਲਦਾ ਉਹਨੂੰ ਸਰਦੂਰ ਹੁਣੀ ਥੋੜੋ ਜਿਹਾ ਨਵਾ ਸਕਦੇ ਸੀ ਹੂੰ ਇਹ ਗਰਾਰੀਆਂ ਵਾਲਾ ਗੀਤ ਨਹੀਂ ਸੀ ਇਹਨੂੰ ਦੁਰਗਾ ਰੰਗੀਲਾ ਨਹੀਂ ਸੀ ਨਵਾ ਸਕਦਾ ਸਹੀ ਹੂੰ ਇਹ ਠਾ ਸੋਟੇ ਵਾਲਾ ਇਹ ਇਦਾਂ ਦਾ ਇਹ ਬਿੰਦ ਰਖੀ ਨੇ ਫਿੱਟ ਬੈਠਦਾ ਸੀ ਤੇ ਸਰਦੂਰ ਸਕੰਦਰ ਨੇ ਕਿੰਨੇ ਗੀਤ ਗਾਏ ਤੁਹਾਡੇ ਸਰਦੂਰ ਸਕੰਦਰ ਨੇ ਡਿਸਕੋ ਬੁਖਾਰ ਤੋਂ ਲੈ ਕੇ ਦੇਖ ਲਓ ਸੱਤ ਸਾਲ ਤੱਕ ਸੀ ਵਿਸਾਖੀਆਂ ਤੇ ਨਿਊ ਇਅਰ ਪ੍ਰੋਗਰਾਮ ਬਣਾਏ ਟੀ ਸੀਰੀਜ਼ ਵੱਲੋਂ ਹੂੰ ਉਹ ਸੱਤਾਂ ਦੇ ਵਿੱਚੋਂ 6 ਅੰਕ ਦੇ ਵਿੱਚ ਤਾਂ ਸ਼ਾਮਲ ਸੀਗਾ ਐਦਾਂ ਹੀ 10 12 ਗੀਤਾਂ ਬਣ ਜਾਂਦੇ ਆ ਉਸ ਤੋਂ ਬਿਨਾਂ ਦੋ ਤਿੰਨ ਹੋਰ ਦੀਆਂ ਕੈਸਟਾਂ ਦੇ ਵਿੱਚ ਵੀ ਆਏ ਜਿਵੇਂ ਧੁੱਪ ਅ ਕਦੇ ਬੱਦਲ ਬਣ ਕੇ ਬਰਿਆ ਕਰ ਧੁੱਪ ਵਰਗੀਏ ਕੁੜੀਏ ਐਦਾਂ ਦੇ ਜਿਹੜੀ ਉਹਦੀਆਂ ਕੈਸਟਾਂ ਦੇ ਵਿੱਚ ਵੀ ਆਏ ਡਿਸਕੋ ਬੁਖਾਰ ਵੀ ਕਹਿ ਸਕਦਾ ਸੀਗਾ ਮੇਰਾ ਖਿਆਲ 14 15 ਹੋਣਗੇ ਜੀ ਤੇ ਹੰਸਰਾਜ ਹੰਸ ਨੇ ਵੀ ਨਹੀਂ ਹੰਸਰਾਜ ਦੇ ਵੀ ਇੰਨੇ ਹੋਣਗੇ ਹੂੰ ਕਦੀ ਇਦਾਂ ਹੋਇਆ ਕਿ ਕਿਸੇ ਗੀਤ ਨੂੰ ਪੂਰਾ ਕਰਨ ਦੇ ਲਈ ਜ਼ਿਆਦਾ ਤੁਹਾਨੂੰ ਸੋਚਣਾ ਪਿਆ ਹੋਵੇ ਕੋਈ ਗੀਤ ਐਸਾ ਵੀ ਕਈ ਵਾਰ ਹੁੰਦਾ ਹੈ ਕੋਈ ਲਾਈਨ ਕਿਤੇ ਅੜ ਗਈ ਤਾਂ ਰੁਕ ਗਈ ਉਸ ਤੋਂ ਅੱਗੇ ਫਿਰ ਬੰਦੇ ਨੂੰ ਬਹੁਤ ਜ਼ਿਆਦਾ ਸੋਚਣਾ ਪੈਂਦਾ ਹੈ ਵੀ ਅੱਗੇ ਕਿਵੇਂ ਇਹਦਾ ਕਾਫੀਆ ਲਾਇਆ ਜਾਏ ਕਦੀ ਕਿਸੇ ਗੀਤ ਨੂੰ ਪੂਰਾ ਕਰਨ ਦੇ ਵਿੱਚ ਇਦਾਂ ਤੰਗੀ ਆਈ ਹੋਵੇ ਅ ਹੋ ਜਾਂਦਾ ਸੀਗਾ ਪਰ ਮੇਰੇ ਕੋਲੇ ਗੀਤ ਅੜਦੇ ਨਹੀਂ ਸੀ ਮੈਂ ਤਾਂ ਅੱਗੇ ਗਿੰਦਾ ਜਿਆਂ ਅਗੋਂ ਟਪਾ ਦਿੰਦਾ ਸੀ ਜੀ ਉਹਦਾ ਸ਼ਾਇਦ ਇਉਂ ਵੀ ਪਿਸ਼ੋਕੜ ਵੀ ਮੈਂ ਲਿਟਰੇਚਰ ਵਗੈਰਾ ਵੀ ਕੱਲੀ ਕਵਤਾਵਾਂ ਜਾਂ ਗੀਤਾਂ ਦੀਆਂ ਕਿਤਾਬਾਂ ਨਹੀਂ ਪੜੀਆਂ ਜੀ ਮਤਲਬ ਮੈਂ ਚੈਖੋ ਵੀ ਪੜਿਆ ਟਾਲਸਟਾਈ ਵੀ ਪੜਿਆ ਮੋਹਨ ਸਿੰਘ ਪ੍ਰੀਮਚੰਦ ਵੀ ਪੜਿਆ ਰਜਿੰਦਰ ਸਿੰਘ ਬੀਬੀ ਵੀ ਪੜਿਆ ਫਿਰ ਤੇ ਡਾ ਨਵਿੰਦਰ ਰਿਆ ਵਰਗੇ ਦੇ ਚਾਰੇ ਵੋਲਿਊਮ ਪੜੇ ਹੋਏ ਆ ਤੇ ਉਸ ਪਛੋਕੜ ਚੋਂ ਅਮਰਤਾਪਰੀ ਤੋਂ ਮੋਹਨ ਸਿੰਘ ਹੁਣੀ ਤੱਕ ਦੂਸਰ ਗੱਲ ਹੀ ਕੋਈ ਨਹੀਂ ਸ਼ਿਵ ਕੁਮਾਰ ਤੋਂ ਲੈ ਕੇ ਪਾਸ਼ ਪਾਤਰ ਤੱਕ ਇੱਕ ਹੋਰ ਲੱਗਦੇ ਹੱਤਗਲ ਦੱਸ ਦੇ ਜੀ ਚੋਣ ਮਾ ਫੋਕ ਤੇ ਚੋਣ ਵੀ ਪੰਜਾਬੀ ਕਵਤਾ ਪਾਸ ਪਾਤਰ ਤੱਕ ਪਾਸ ਦੀ ਖੁੱਲੀਆਂ ਕਵਤਾਵਾਂ ਬਈ ਮਤਲਬ ਮੇਰੇ ਜ਼ਿਹਨ ਦੇ ਵਿੱਚ ਸਾਰੀਆਂ ਮੈਨੂੰ ਜਵਾਨੀ ਯਾਦ ਆ। ਕੀ ਬਾਤ ਹੈ। ਅੱਛਾ ਹਜ਼ਾਰਾਂ ਦੀ ਗਿਣਤੀ ਚ ਹੋਣਗੀਆਂ। ਹਜ਼ਾਰਾਂ ਬੋਲੀਆਂ, ਹਜ਼ਾਰਾਂ ਟੱਪੇ, ਹਜ਼ਾਰਾਂ ਕਵਤਾਵਾਂ। ਮੀਸ਼ੇ ਦੀਆਂ। ਹੂੰ। ਇੱਕ ਤਾਂ ਹੈ ਨਾ ਚਲ ਪਾਤਰ ਸ਼ੇਵ ਕੁਮਾਰ ਦੀਆਂ ਤਾਂ ਹਰ ਕੋਈ ਮਾੜਾ-ਮੋਟਾ ਬੋਲ ਸਕਦਾ। ਤੇ ਹੁਣ ਮੀਸ਼ੇ ਦੀਆਂ ਤੇ ਅਜੈਬ ਹੁੰਦਲ ਦੀਆਂ ਥੋੜਾ ਬੋਲ ਦੇਣਗੇ। ਹੂੰ। ਗੁਰਦੇਵ ਨਿਰਦਨ ਦੀਆਂ। ਹੈ ਨੀ। ਉਹ ਵੀ ਮਤਲਬ ਬਹੁਤ ਪਿਆਰੀਆਂ। ਪਰਮਿੰਦਰਜੀਤ ਨੂੰ ਖੁੱਲੀ ਕਵਤਾ ਦਾ ਸ਼ਾਇਰ ਗਿਣਿਆ ਜਾਂਦਾ। ਉਹਦੀ ਗ਼ਜ਼ਲ ਮੈਨੂੰ ਜ਼ਿਆਦਾ। ਵਾ ਪਾਸ਼ ਦੀ ਖੁੱਲੀ ਕਾਫਤਾ ਤੇ ਇਹ ਫਿਰ ਉਹੀ ਕਹ ਲੋ ਰੱਬ ਵੱਲੋਂ ਜਾਂ ਕੁਦਰਤ ਵੱਲੋਂ ਜੀ ਗਿਫਟ ਜੀ ਤੇ ਗੁਰਦਾਸ ਮਾਨ ਨੇ ਕਿੰਨੇ ਗੀਤ ਗਾਏ ਤੁਹਾਡੇ ਜੀ ਗੁਰਦਾਸ ਮਾਨ ਨੇ ਮੇਰਾ ਸਿਰਫ ਇੱਕ ਗੀਤ ਗਾਇਆ ਸੀ ਹਮ ਕਚਹਿਰੀ ਫਿਲਮ ਦੇ ਵਿੱਚ ਜਦੋਂ ਫਾਸੀ ਲੱਗਣਾ ਹੁੰਦਾ ਉਹਨੇ ਉਹ ਫਾਸੀ ਲੱਗਣ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਆਪਣੇ ਨਾਲ ਅ ਬਾਕੀ ਕੈਦੀ ਸਾਥੀਆਂ ਦੇ ਨਾਲ ਨੱਚ-ਨੱਚ ਕੇ ਗਾ ਰਿਆ ਤੇ ਉਹ ਕਹਿੰਦਾ ਵੀ ਪਰਵਾਹ ਨਾ ਕਰੋ ਖੇਡਣ ਦੇ ਦਿਨ ਚਾਰ ਦੋਸਤੋਂ ਖੇਡਣ ਦੇ ਦਿਨ ਸੀ ਹਮ ਕੱਲ ਕਿਸੇ ਨੇ ਵੇਖਿਆ ਮਿੱਤਰੋ ਕੱਲ ਦਾ ਕੀ ਐਤਵਾਰ ਦੋਸਤੋ ਖੇਡਣ ਤੇ ਜਾਂ ਚਾ ਗਾਣਾ ਤਾਂ ਇਹ ਵੀ ਉਦੋਂ ਚਰਚਾ ਦੇ ਵਿੱਚ ਆ ਗਿਆ ਸੀ ਪਰ ਉਸ ਤੋਂ ਬਾਅਦ ਸਬਬ ਨਹੀਂ ਬਣਿਆ ਜਾਂ ਫਿਰ ਗੁਰਦਾਸ ਮਾਨ ਨੇ ਆਪਣੇ ਲਿਖਿਆਂ ਦੀ ਬਾਲੀ ਬਹੁਤ ਧਿਆਨ ਦਿੱਤਾ ਅਸੀਂ ਮੇਲਜੋਲ ਤਾਂ ਸਾਡਾ ਬਹੁਤ ਹੁੰਦਾ ਰਿਹਾ ਬਾਈ ਚਾਂਸ ਜਿਹੜਾ ਗੀਤ ਸੀ ਨਾ ਡਿਸਕੋ ਬੁਖਾਰ ਇਹ ਮੈਂ ਸਾਡਾ ਪੰਨੂ ਭੰਗੜੇ ਵਾਲਾ ਸਾਝਾ ਮਿੱਤਰ ਆ ਉਹਦੇ ਘਰੇ ਬੈਠਿਆ ਮੈਂ ਗੁਰਦਾਸ ਨੂੰ ਇਹ ਗੀਤ ਸੁਣਾਇਆ ਤੇ ਉਹ ਕਹਿੰਦਾ ਯਾਰ ਇਹ ਤਾਂ ਗੀਤ ਮੇਰੇ ਕੰਮ ਦਾ ਏ ਮੈਨੂੰ ਦੇ ਦੇ ਪਰ ਉਸ ਤੋਂ ਪਹਿਲਾਂ ਮੈਂ ਇਹ ਸਰਦੂਰ ਨੂੰ ਦੇ ਚੁੱਕਾ ਸੀ ਤੇ ਉਹ ਕਹਿੰਦੇ ਸੀ ਵੀ ਚਰਨਜੀਤ ਹੁੰਜਾ ਨੂੰ ਪਸੰਦ ਬਹੁਤ ਆ ਗਿਆ ਮੈਂ ਕਿਹਾ ਵੀ ਹਾਤਾ ਜੇ ਤੂੰ ਹੁਣ ਪਸੰਦ ਕੀਤਾ ਮੈਂ ਲੇਟ ਹੋ ਗਿਆ ਤੈਨੂੰ ਸੁਣਾਉਣ ਚ ਇਹ ਤਾਂ ਹੁਣ ਜਾ ਚੁੱਕਿਆ ਆ ਬਦਰ ਜੀ ਤੇ ਇਸ ਕਰਕੇ ਨਿਕ ਸੁਭਬ ਨਹੀਂ ਬਣਿਆ ਕੋਈ ਜਿਵੇਂ ਮੇਰਾ ਹਰਜੀਤ ਹਰਮਨ ਦੇ ਨਾਲ ਸਾਡੀ ਬਹੁਤ ਦੋਸਤੀ ਹੈ ਬਹੁਤ ਪਿਆਰ ਜਿਵੇਂ ਉਹਨੂੰ ਕਹਾ ਉਹਨੇ ਮੈਨੂੰ ਦੂਜੀ ਵਾਰ ਕਹਿਣ ਨਹੀਂ ਦੇਣਾ ਉਹਨੇ ਮੇਰਾ ਗੀਤ ਗਾ ਦੇਣਾ ਪਰ ਅਸੀਂ ਅਜੇ ਤੱਕ ਸਾਡਾ ਗੀਤਕਾਰੀ ਤੇ ਗਾਇਕੀ ਵਾਲਾ ਅੱਛਾ ਇਹ ਤੋਂ ਤੱਕ ਮੈਨੂੰ ਯਾਦ ਆ ਇੱਕ ਫਿਲਮ ਦੇ ਵਿੱਚ ਹਰਮਨ ਨੇ ਗੀਤ ਗਾਉਣਾ ਸੀ ਪ੍ਰਗਟ ਮਸਤੂ ਆਣੇ ਹਮ ਹਮ ਦੀ ਮੈਨੂੰ ਗੱਲ ਇਹ ਅਤਲ ਸ਼ਰਮਣ ਨੇ ਦੱਸੀ ਤੇ ਪ੍ਰਗਟ ਮਸਤੂਆਣਾ ਕਹਿੰਦਾ ਹਰਜੀਤ ਧਰਮਨ ਵੀ ਤੂੰ ਬੇਦਲ ਦਾ ਗੀਤ ਕਿਉਂ ਗਾਇਆ ਜੇ ਮੈਥੋਂ ਬਿਨਾਂ ਕਿਸੇ ਦਾ ਗਾਉਣਾ ਸੀ ਤਾਂ ਸੰਧੂ ਤੋਂ ਲੈ ਲੈਂਦਾ ਹਮ ਅੱਛਾ ਵਾਹ ਮਤਲਬ ਸਾਡਾ ਸਾਡਾ ਸਾਡੀ ਬਹੁਤ ਦੋਸਤੀ ਹੈ ਮੈਥੋਂ ਬਿਨਾਂ ਕਿਸੇ ਦਾ ਗਾਉਣਾ ਵਾਹ ਕੀ ਬਾਤ ਹੈ ਹਾਂ ਹਾਂ ਹੋਰ ਵੀ ਬਹੁਤ ਸਾਰੀਆਂ ਯਾਦਾਂ ਇਦਾਂ ਹੀ ਨਾਲ ਇਸ ਸਫ਼ਰ ਦੇ ਵਿੱਚ ਜੁੜਦੀਆਂ ਗਈਆਂ ਹੋਣਗੀਆਂ ਬਹੁਤ ਸਾਰੇ ਸੰਗਰਾਂ ਦੇ ਨਾਲ ਹਨਾ ਕੋਈ ਇੱਕ ਯਾਦ ਜਿਹੜੀ ਅੱਜ ਵੀ ਕੱਲੇ ਬੈੰਨੇ ਹੋ ਤੇ ਉਹ ਜ਼ਹਿਨ ਦੇ ਵਿੱਚ ਆਉਂਦੀ ਹੈ ਵੀ ਉਦੋਂ ਇੱਕ ਵਾਰ ਇਦਾਂ ਵੀ ਹੋਇਆ ਸੀ ਕੋਈ ਸਟੇਜ ਦੀ ਯਾਦਾਂ ਹਵਾ ਦੇ ਬੁੱਲੇ ਵਰਗੀਆਂ ਹੁੰਦੀਆਂ ਹਾਂ ਉਹ ਆਉਂਦੀਆਂ ਫਿਰ ਪਿੰਡੇ ਦੀਆਂ ਛੇੜ ਕੇ ਜੇ ਨਿਕਲ ਜਾਂਦੀਆਂ ਹਾਂ ਉਹੋ ਜੀ ਕੋਈ ਯਾਦ ਉਹ ਇੰਨੀ ਜਿਆਦਾ ਜਿਆਦਾ ਇੱਕ ਤਾਂ ਮੈਂ ਕੋਸ਼ਿਸ਼ ਕਰ ਰਿਹਾ ਸੁਸਤੀ ਦੇ ਵਿੱਚੋਂ ਕਈ ਵਾਰ ਐਲਾਨਨਾਮੇ ਵੀ ਕਰਤੇ ਵੀ ਦੇਰ ਜਾਂ ਜਲਦੀ ਕਿਤਾਬ ਚ ਦੇ ਰਿਹਾ ਮੇਰੇ ਕੋਲੇ 450 500 ਐਸੀਆਂ ਘਟਨਾਵਾਂ ਇਹ 8 9 ਪੀੜ੍ਹੀਆਂ ਜਿਹੜੀਆਂ ਮੈਂ ਹੰਡਾਈਆਂ ਜੀ ਢਾਡੀ ਦਦਾਰਸੂਰ ਅਟੈਂਡੇ ਤੋਂ ਲੈ ਕੇ ਜੀ ਆਹੇ ਮਤਲਬ ਸੰਧੂ ਤੇ ਜਦਵੀਰ ਮਾਨਕ ਤੱਕ ਵਾਹ ਉਹ ਸਾਰੀਆਂ ਮਤਲਬ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਜੀ ਉਹਨਾਂ 'ਚ ਦੋ ਤੱਤ ਜ਼ਰੂਰ ਹੈ ਇੱਕ ਤਾਂ ਜਾਣਕਾਰੀ ਹੈ ਇੱਕ ਉਹਦੇ ਵਿੱਚ ਹੈਗਾ ਦਿਲਚਸਪ ਤੱਤ ਹੂੰ ਇਹ ਨਹੀਂ ਹੁਣ ਜਿਵੇਂ ਉਹੀ ਕਹ ਦੂੰਗਾ ਵੀ ਜਮਲਾ ਜੱਟ ਦਾ ਮਸ਼ਹੂਰ ਗੀਤ ਸੀ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਇਹ ਮੈਨੂੰ ਦੱਸਣ ਦੀ ਕੀ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਉਹਦੇ ਚ ਮੈਂ ਕੀ ਦੱਸ ਰਿਹਾ ਵੀ ਢਾਡੀ ਦਜ਼ਾਰ ਸੇ ਰਟੈਂਡਾ ਜੀ ਰਟੈਂਡਾ ਤਾਂ ਉਹਦਾ ਪੁਰਾਣਾ ਪਿੰਡ ਸੀ ਉਹਦੇ ਨਾਲ ਜੋੜਿਆ ਹਾਂਜੀ ਉਹਦੇ ਜਿਹੜੇ ਤਵੇ ਸੀ ਉਹਨੇ ਹਜੂਰਾ ਸਿੰਘ ਬਟਾਰੀ ਤੋਂ ਖੀਰ ਦੀਆਂ ਕਲੀਆਂ ਲਈਆਂ ਬਹੁਤ ਲੱਛੇਦਾਰ ਲੈਂਗੁਏਜ ਸੀ ਜਾ ਕੇ ਝਮਣ ਹੀਰ ਡੋਲੀ ਬੈਗੀ ਖੇੜਿਆਂ ਦੀ ਰਾਝੇ ਯਾਰ ਨੇ 72 ਪੱਟੀ ਮਾਰੀ ਜਾਰੀ ਟੁੱਟ ਗਈ ਤੇ ਮਨ ਮੁੜਿਆ ਮੁੜਿਆ ਲੱਗਦਾ ਨਹੀਂ ਹੈ ਨਹੀਂ ਅੱਖਾਂ ਦੇ ਵਿੱਚ ਪਹਿਲਾਂ ਵਾਲੀ ਤਾਰੀ ਹੱਥ ਤਾਂ ਜੁੜ ਗਏ ਜਿੰਨਾਂ ਦੇ ਨਾਲ ਅਮੀਰਾਂ ਦੇ ਰੱਖਦੇ ਕਦੋਂ ਉਹ ਨਾਲ ਗਰੀਬਾਂ ਦੇ ਇਹ ਹਜੂਰਾ ਸਿੰਘ ਬਟਾਰੀ ਦੀ ਲਿਖੀ ਉਹ 10-10 ਰੁਪਏ ਚ ਕਹਿੰਦਾ ਮੈਂ 80 ਕਲੀਆਂ ਖਰੀਦੀਆਂ ਸੀ ਇਹ ਜਦੋਂ ਐਚਐਮਬੀ ਨੇ ਕੀਤੀਆਂ ਉਦੋਂ ਤਵੇ ਉਲਾਖ ਵਾਲੇ ਤਵੇ ਹੁੰਦੇ ਸੀਗੇ ਉਹ ਜਿਹੜੇ ਉਹ ਮੈਨੂੰ ਤਵੇ ਦਿਖਾਏ ਉਹ ਮੇਰੇ ਸਾਰੇ ਪਿੰਡ ਗੋਣਾਚੌਰ ਰਹਿੰਦਾ ਸੀਗਾ ਮੈਨੂੰ ਪਤਾ ਲੱਗਿਆ ਵੀ ਇਹ ਬਜ਼ੁਰਗ ਨੀਲੀ ਪੱਗ ਵਾਲਾ ਦਾ ਛੋਹ ਆ ਹੁਣ ਉੱਥੇ ਜਦੋਂ ਉਹਦੇ ਨਾਲ ਮੇਲਜੋਲ ਹੋਇਆ ਤਾਂ ਮੈਨੂੰ ਚੇਤਾ ਆਇਆ ਬੀ ਦਦਾਰ ਸੰਧੂ ਨੇ ਕਿਹਾ ਸੀ ਬਾਹਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਮੇਲੇ ਦੇ ਵਿੱਚ ਮੇਰੇ ਬਾਪੂ ਨੇ ਢਾਡੀ ਦਦਾਰ ਸਿੰਘ ਰਟੈਂਡੇ ਨੂੰ ਸੁਣਿਆ ਤੇ ਉਹਦੀ ਗਾਇਕੀ ਤੋਂ ਇੰਨਾ ਪ੍ਰਭਾਵਿਤ ਹੋਇਆ ਉਹ ਕਹਿੰਦਾ ਵੀ ਜੇ ਅਗਲੀ ਵਾਰ ਵੀ ਮੇਰੇ ਘਰ ਮੁੰਡਾ ਹੋਇਆ ਤੇ ਮੈਂ ਉਹਦਾ ਨਾਮ ਦਦਾਰ ਰੱਖੂ ਵਾ ਉਸ ਸ਼ਰਧਾ ਚ ਉਹ ਦਦਾਰ ਸੰਧੂ ਦਾ ਨਾਮ ਢਾਡੀ ਦਦਾਰ ਸਿੰਘ ਰਟੈਂਡੇ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਜਿਹੜੇ ਉਹਨੇ ਤਵੇ ਦਿਖਾਏ ਉਹਦੇ ਤਵੇਾਂ ਦੇ ਉੱਤੇ ਲਿਖਿਆ ਹੋਇਆ ਸੀਗਾ ਢਾਡੀ ਦਦਾਰ ਸਿਓ ਸਿੰਘ ਨਹੀਂ ਸਿਓ ਰਟੈਂਡਾ ਬਰੈਕਟਿਚ ਪਾਇਆ ਹੋਇਆ ਸੀ ਜੱਟੋ ਕੇ ਸਹਿਗਲ ਤਮੈਨ ਪੁੱਛਿਆ ਵੀ ਜੱਟੂ ਕਿ ਸਾਈਕਲ ਦਾ ਕੀ ਮਤਲਬ ਆ ਜੀ ਉਹ ਕਹਿੰਦਾ ਵੀ ਪਹਿਲਾਂ ਤਾਂ ਮੈਨੂੰ ਸੁਣਦੇ ਹੀ ਨਹੀਂ ਸੀ ਐਚਐਮਪੀ ਵਾਲੇ ਤੇ ਟਾਈਮ ਨਹੀਂ ਸੀ ਦਿੰਦੇ ਫਿਰ ਕਹਿੰਦੇ ਚਲਾ ਛੇਤੀ ਛੇਤੀ ਸੁਣਾ ਕਿਦਾਂ ਦਾ ਉਹ ਜਦੋਂ ਮੈਂ ਗਾਇਆ ਤੇ ਉਹ ਪ੍ਰਭਾਵਿਤ ਹੋ ਗਏ ਉਹ ਕਹਿੰਦੇ ਵੀ ਜਿੰਨੀਆਂ ਤੇਰੇ ਕੋਲ ਤਿਆਰ ਆਈਟਮਾਂ ਸਾਰੀਆਂ ਸੁਣਾ ਜਾ ਕਹਿੰਦਾ ਫਿਰ ਮੇਰੇ 16 ਪੱਕੇ ਰਿਕਾਰਡ ਕੀਤੇ ਪੱਕੇ ਤੋਂ ਭਾਵ ਸੀ ਵੀ ਏ ਸਾਈਡ ਬੀ ਸਾਈਡ ਹਮਮ ਜਾਨੀ 32 ਤੇ ਉਹ ਕਹਿੰਦਾ ਜੱਟੂ ਕਿ ਸਾਈਕਲ ਦਾ ਮਤਲਬ ਇਹ ਆ ਉਹ ਕਹਿੰਦੇ ਅੱਛਾ ਯਾਰ ਜੀ ਅਜਿਹਾ ਕਿਨੇ ਜੱਟਾਂ ਨੂੰ ਰੋਗ ਵਿਦਿਆ ਦਾ ਪਤਾ ਨਹੀਂ ਹੁੰਦਾ ਤੂੰ ਤਾਂ ਜੱਟਾਂ ਦਾ ਕੇਐਲ ਸਿੰਘ ਲੱਗਦਾ ਅੱਛਾ ਜੀ ਇਹ ਕਹਿੰਦਾ ਉਹਨਾਂ ਨੇ ਕੰਪਨੀ ਵਾਲਿਆਂ ਨੇ ਜੱਟਾਂ ਦਾ ਕੇਐਲ ਸਮਝ ਕੇ ਮੈਨੂੰ ਬਰੈਕਟ ਚ ਲਿਖਿਆ ਹੋਇਆ ਜੱਟੋ ਕਿਸ ਹੈਗਾ ਅੱਛਾ ਅੱਛਾ ਜੀ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਚਾਂਦੀ ਰਾਮ ਬਾਰੇ ਵਿੱਚ ਚਾਂਦੀ ਰਾਮ ਕੋਲੇ ਇੰਨਾ ਪੈਸਾ ਹੋਣ ਲੱਗ ਗਿਆ ਸੀਗਾ ਜੀ ਲੈ ਜਾ ਛੱਲੀਆਂ ਆਪਣਾ ਲਈ ਦਾਣੇ ਤੋਂ ਲੈ ਕੇ ਤੇ ਵੀ ਉਹ ਲੰਮੀ ਚਿਮਨੀ ਵਾਲਾ ਲੈਂਪ ਉਹਦੇ ਕੋਲ ਸੀ ਮੈਂ ਉਹਦੇ ਕੋਲ ਤੁੰਬੀ ਸਿੱਖਣ ਜਾਂਦਾ ਹੁੰਦਾ ਸੀ ਅੱਛਾ ਭਾਰਤ ਨਗਰ ਚੌਕ ਦੇ ਨੇੜੇ ਦਫ਼ਤਰ ਸੀ ਪੰਜ-ਛੇ ਹੀ ਦਫ਼ਤਰ ਸੀ ਉਹੋ ਉਹ ਚਿਮਨੀ ਨੂੰ ਪਾਸੇ ਚੱਕ ਕੇ ਨੋਟ ਦੀ ਪੂਣੀ ਬਣਾ ਕੇ ਕਦੇ 5 ਰੁਪਏ 10 ਰੁਪਏ 20 ਰੁਪਏ 100 ਰੁਪਏ ਦੀ ਮੈਂ ਦੇਖਿਆ ਉਹ ਵਾਲਕੇ ਤੇ ਸਿਗਰਟ ਨੂੰ ਸੁ ਲਗਾਉਂਦਾ ਸੀ ਅਜ ਤੁਸੀਂ ਆਪਦੇ ਅੱਖੀਂ ਦੇਖਿਆ ਅਸੀਂ ਤਾਂ ਗੱਲਾਂ ਸੁਣੀਆਂ ਹੀ ਆ ਨਾ ਇਹ ਸਿਰਫ ਅੱਖੀਂ ਮੈਂ ਹੀ ਦੇਖਿਆ ਤੇ ਮੈਂ ਲੋਕਸੁਰਾ ਕਿਤਾਬ ਚ ਲਿਖਦਾ ਸੀ ਹਾਂ ਜਦੋਂ ਕਿਤੇ ਕੋਈ ਮਿਸਾਲ ਦਿੰਦਾ ਇੱਕ ਭਰਾਏ ਵਿੱਚ ਤੇ ਮੈਂ ਕਿਹਾ ਵੀ ਵੀ ਤੂੰ ਇਹ ਕਹਿ ਰਿਹਾ ਵੀ ਉਹ ਇਦਾਂ ਨੋਟ ਵਾਲਦਾ ਸੀ ਦੇਖਿਆ ਕਹਿੰਦਾ ਨਹੀਂ ਜੀ ਸੁਣਿਆ ਤੇ ਉਹ ਮੈਂ ਦੇਖਿਆ ਸੀ ਕਿਉਂਕਿ ਮੈਂ ਤੂੰ ਵੀ ਸਿੱਖਣ ਜਾਂਦਾ ਸੀ ਖਾਲਸਾ ਕਾਲਜ ਫੋਸਟਲ ਉਹਦੇ ਨਾਲ ਪੜ੍ਹਦਾ ਸੀ ਤੇ ਉਹਦਾ ਜਿਹੜਾ ਉੱਥੇ ਸਟੇਜ ਸੈਕਟਰ ਉਹਦਾ ਦਫਤਰ ਸੈਕਟਰੀ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਉਸਤਾਦ ਜੀ ਪੈਸੇ ਦੀ ਬੇアドਵੀ ਨਾ ਕਰੋ ਇਹ ਰਸ ਜਾਂਦਾ ਇਹ ਗੁੱਸਾ ਕਰ ਜਾਂਦਾ ਹਾਂ ਤੇ ਚਾਂਦੀ ਰਾਮ ਕਹਿੰਦਾ ਹੁੰਦਾ ਸੀ ਮੈਂ ਤਾਂ ਕਿਸੇ ਵੀ ਚੌਂਕ 'ਚ ਤੂੰ ਵੀ ਲੈ ਕੇ ਖੜ ਜਾ ਪੈਸੇ ਹੀ ਪੈਸੇ ਹੋਣਗੇ ਅੱਛਾ ਪੈਸੇ ਹੁੰਦੇ ਆ ਤੇ ਫਿਰ ਇੱਕ ਸਮਾਂ ਦੇਖੋ ਇਹ ਦੇਖਿਆ ਵੀ ਚਾਂਦੀ ਰਾਮ ਉਹੀ ਚਾਂਦੀ ਰਾਮ 20-20 ਰੁਪਈਆ ਮੰਗਦਾ ਹੁੰਦਾ ਸੀ ਜੀ ਅੱਛਾ ਜੀ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦਾਸ ਮਾਨਵਾਰੇ ਕੁਲਦੀਪ ਮਾਨਕਵਾਰੇ ਸਰਦੂਲ ਸਿਕੰਦਰਵਾਰੇ ਹਾਂਸ ਰਾਜਵਾਰੇ ਬਿੰਦਰਖੀਏ ਬਾਰੇ ਜੀਦਾ ਵੀ ਨਾ ਲਮ ਤੁਸੀਂ ਜਗਮਉਂ ਘਰ ਬਾਰੇ ਨਰਿੰਦਰ ਵੀ ਬਾਰੇ ਗੁਰਦਾਸ ਮਾਨ ਦੀ ਕੋਈ ਇਹੋ ਜੀ ਘਟਨਾ ਕੋਈ ਯਾਦ ਗੁਰਦਾਸ ਮਾਨ ਦੇ ਇਹ ਹਰ ਸਾਲ ਇੱਕ ਆਪਦੇ ਪਟਿਆਲੇ ਜਿਹੜਾ ਘਰ ਸੀ ਨਾ ਉੱਥੇ ਮਨਾਉਂਦਾ ਹੁੰਦਾ ਸੀ ਆਉਦੇ ਬੱਚੇ ਦਾ ਜਨਮ ਦਿਨ ਇੱਕੋ ਇੱਕ ਦਾ ਬੇਟਾ 21 21 ਦਸੰਬਰ ਨੂੰ ਜੰਮਿਆ ਹੋਇਆ ਅੱਛਾ ਤੇ ਉਹ ਹੀ ਇਹ 21 ਦਸੰਬਰ ਨੂੰ ਉਹ ਸਮਾਗਮ ਮਨਾਉਂਦਾ ਹੁੰਦਾ ਸੀ ਹਰ ਸਾਲ ਗੈਰ ਰਸਮੀ ਜਾਂ ਰਿਸ਼ਮਿਆਨਾ ਲੱਗਦਾ ਹੁੰਦਾ ਸੀ ਉਦੋਂ ਉਹ ਸ਼ਮਿਆਨੇ ਦੇ ਵਿੱਚ ਆਪਣਾ ਲਾ ਕੇ ਤੇ ਹਰ ਵਾਰ ਇੱਕ ਗੈਰ ਰਸਮੀ ਜਿਹਾ ਇਹ ਬਣਾ ਲੈਂਦੇ ਹੁੰਦੇ ਸੀਗੇ ਵੀ ਐਤਕੀ ਸਾਡਾ ਮੁੱਖ ਮਹਿਮਾਨ ਹੈ ਆ ਇੱਕ ਵਾਰ ਕਿਤੇ ਉਸ ਮੈਂ ਮਾਡਲ ਬਣ ਗਿਆ ਉਹਨਾਂ ਦਾ ਉਹ ਪਿੱਛੋਂ ਟ੍ਰੇ ਟ੍ਰੇਜ ਹੀ ਲਿਆਉਣੀ ਵੀ ਪਹਿਲਾ ਗਲਾਸ ਉਹ ਚੱਕੂਗਾ ਮੇਰੇ ਨਾਲ ਗਿੱਲ ਸਰਜੀਤ ਵੀ ਬੈਠਾ ਸੀ ਤੇ ਉਹ ਗਲਤ ਹੈ ਵੀ ਉਹ ਚੱਲਦਾ ਗਿਆ ਪ੍ਰੋਗਰਾਮ ਚੱਲਦਾ ਗਿਆ ਉਦੋਂ ਪੰਜਾਬ ਦਾ ਮਾਹੌਲ ਬੜਾ ਨਾਜ਼ੁਕ ਸੀ ਦਿਨ შეਫੇ ਕੁੰਡੇ ਲੱਗ ਜਾਂਦੇ ਸੀ ਨਾ ਕੋਈ ਆਉਂਦਾ ਸੀ ਨਾ ਕਿ ਜਾਂਦਾ ਸੀ ਇਹਦੇ ਬਾਪੂ ਜੀ ਗੁਰਦੇਵ ਸਿੰਘ ਉਹਨਾਂ ਦਾ ਤੇ ਉਹ ਨਾ ਗੇਟ ਤੇ ਪਹਿਰਾ ਦਿੰਦੇ ਸੀ ਰਫਲ ਲੈ ਕੇ ਵੀ ਰੰਗ ਚ ਭੰਗ ਨਾ ਪਿਆ ਜੀ ਉਹ ਜਦੋਂ ਖਤਮ ਹੋ ਗਿਆ ਪ੍ਰੋਗਰਾਮ ਤੇ ਇੱਕ ਬਿਸਤਰਿਆਂ ਜੀ ਵਾਲੀ ਕੋਠਰੀ ਦੇ ਵਿੱਚ ਅਸੀਂ ਕਿਉਂਕਿ ਮੈਂ ਉਦੋਂ ਬਸਤੇ ਗਿਆ ਸੀ ਰਾਤ ਉੱਥੇ ਕੱਟਣੀ ਸੀਗੀ ਹੌਣ ਜੋਗਾ ਨਹੀਂ ਸੀਗਾ ਉਹਦੇ ਚ ਇੱਕ ਕਿੰਗਰਾ ਕਿੰਗਰਾ ਸੀਦਾ ਦੋਸਤ ਇੱਕ ਬਖਸ਼ੀਸ਼ ਸੀ ਇੱਕ ਮੈਂ ਤੇ ਉਹ ਸੀ ਬਿਸਤਰਿਆਂ ਜੀ ਤੇ ਪਈਆਂ ਤੇ ਫੇਰ ਉਹ ਪੈ ਕੇ ਸੱਕ ਜੇ ਚੱਲਣ ਲੱਗੇ ਤੇ ਉਹਦੇ ਬਾਪੂ ਜੀ ਕਹਿੰਦੇ ਆ ਵੀ ਬਾਹਰੋਂ ਦਸਰਾ ਕੇ ਅਰਦਾਸ ਪੈਜੋ ਹੁਣ ਮੈਂ ਦੁਪਹਿਰ ਦਾ ਖੜਾ ਮੇਰੇ ਪੈਰਾਂ ਚ ਖੂਨ ਉਤਰਿਆ ਆ ਮੈਂ ਗੇਟ ਤੇ ਪੈਰਾਂ ਦੇ ਨਾਲ ਬਹਿ ਜਾ ਇਹਨੇ ਕਿਹਾ ਬਸ ਬਾਪੂ ਜੀ 10 ਮਿੰਟ ਰਸਵਾਪੂਰੀ 5 ਮਿੰਟ ਉਹ ਇੱਕ ਵਾਰ ਆਏ ਦੋ ਵਾਰ ਆਏ ਚਾਰ ਵਾਰ ਆਏ 6ਵੀਂ ਕਵਾਰ ਫਿਰ ਬਾਪੂ ਦਾ ਪਾਰਾ ਚੜ ਗਿਆ ਕਹਿੰਦਾ ਸਾਲਾ 5 ਮਿੰਟ ਦਾ 10 ਮਿੰਟ ਦਾ ਹੈ ਬੱਤੀ ਬੁਝਾਓ ਤੇ ਬੰਦੇ ਵਾਂਗੂ ਪੈ ਜਾ ਨੀ ਮੈਂ ਜੁੱਤੀ ਲਾ ਲੈਣੀ ਆ ਹਾਂ ਤੇ ਗੁਰਦਾਸ ਮਾਨ ਮਤਲਬ ਐ ਜੋਬ ਮਤਲਬ ਬਾਪ ਦੀ ਝਿੜਕ ਦੇ ਅੱਗੇ ਤੇ ਉਹ ਕਹਿੰਦਾ ਲੈ ਵੀ ਹੁਣ ਆ ਪਈਆ ਦਾਲ ਤੇ ਆ ਪਈਆ ਰੋਟੀਆਂ ਇੱਥੇ ਖਾ ਲੋ ਕਿ ਹੁਣ ਇੱਥੇ ਇੱਥੇ ਹੁਣ ਮੰਝੇ ਵੇ ਸ੍ਰੇਣੀ ਮਿਲਣ ਨੇ ਇੱਥੇ ਟੇਢੇ ਹੋ ਜੋ ਮੈਨੂੰ ਬਾਪੂ ਦੇ ਗੁੱਸੇ ਦਾ ਪਤਾ ਕਿ ਸਵੇਰ ਨੂੰ ਨਹੀਂ ਤਾਂ ਇਹ ਅ ਮਤਲਬ ਫਿਰ ਮੇਰਾ ਜਲੂਸ ਨਿਕਲਦਾ ਦੇਖੋਗੇ ਤੇ ਉਸ ਜਿਵੇਂ ਇਹ ਲੱਗਿਆ ਯਾਰ ਇੱਕ ਪਾਸੇ ਗੁਰਦਾਸ ਮਾਨ ਸਟਾਰ ਸਿੰਗਰ ਕਿੰਨਾ ਵੱਡਾ ਇੱਕ ਪਾਸੇ ਜਿਹੜੇ ਬਾਪੂ ਦੀ ਝੜਕ ਵਾਕੇ ਉਹਦੇ ਲਈ ਉਹ ਸਟਾਰ ਸਿੰਗਰ ਤੋਂੜੋ ਹੂੰ ਉਹਦੇ ਲਈ ਤਾਂ ਪੁੱਤ ਆ ਜਿਹੜਾ ਸਾਉਂਡ ਨਹੀਂ ਦੇ ਰਿਹਾ ਸਵੇਰ ਦੇ ਖੜੇ ਨੂੰ ਬੈਠਣ ਨਹੀਂ ਦੇ ਰਿਹਾ ਅ ਇਸ ਤਰ੍ਹਾਂ ਦੀਆਂ ਮਾਨਕ ਨਾਲ ਬਹੁਤ ਹੂੰ ਕੋਈ ਮਾਨਕ ਦੇ ਨਾਲ ਸੰਬੰਧ ਤੇ ਜੀ ਮਾਨਕ ਤੇ ਘਰੇ ਬੈਠੇ ਸੀ ਕੋਈ ਖੁਸ਼ੀ ਦਾ ਮੌਕਾ ਸੀ ਤਕੀ ਹੋਇਆ ਮੇਰੇ ਨਾਲ ਗਰਦਿਆਲ ਨਿਰਮਣ ਤੁਰੀ ਵੀ ਸੀ ਜੀ ਉਹ ਮੈਨੂੰ ਕਹਿੰਦਾ ਵੀ ਆਪਾਂ ਇਉਂ ਕਰੀਏ ਉਹਦੇ ਕੋਲ ਬਹਿ ਜਾਈਏ ਇਹਦੇ ਵੱਡੇ ਭਰਾ ਕੋਲੇ ਤੇ ਉਦੋਂ ਗੱਲਾਂ ਉਹਦੀਆਂ ਸੁਣਨ ਵਾਲੀਆਂ ਹੁੰਦੀਆਂ ਉਹਦਾ ਨਾਮ ਮੁਹੰਮਦ ਸਦੀਕ ਮੁਹੰਮਦ ਲਤੀਫ ਐਂ ਤਾਂ ਦਾ ਉਹਦਾ ਨਾਮ ਜੀ ਤੇ ਕੀ ਕੀ ਹੋਇਆ ਬਈ ਆਪਣਾ ਉਹ ਮਾੜਕ ਵੀ ਵਿੱਚ ਸ਼ਾਮਲ ਆ ਇੱਕ ਜਣਾ ਗਲਾਸ ਫੜਾ ਰਿਹਾ ਇੱਕ ਜਣਾ ਜੱਗ ਚੋ ਚਾਹ ਪਾ ਰਿਹਾ ਜਿਵੇਂ ਪਿੰਡਾਂ ਚ ਰਵਾਜਾ ਹੁੰਦਾ ਸੀ ਇੱਕ ਜਣਾ ਬਦਾਨਾ ਤੇ ਲੂਣ ਵਾਲੀਆਂ ਸੇਵੀਆਂ ਜੀ ਫੜਾ ਰਿਆ ਤੇ ਬਾਹਰੇ ਦੇ ਵਾਲਾ ਗੀਤ ਲੱਗਿਆ ਹੋਇਆ ਮਾਨਕ ਦਾ ਇਹ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਨਵਾਂ ਨਵਾਂ ਰਿਲੀਜ਼ ਹੋਇਆ ਸੀਗਾ ਤੇ ਇਹਦਾ ਜਿਹੜਾ ਵੱਡਾ ਭਰਾ ਸਾਡੇ ਨਾਲ ਬੈਠਾ ਸੀਗਾ ਉਹ ਕਹਿੰਦਾ ਦੇਖ ਕਿਵੇਂ ਸੰਗ ਪਾ ਦਿਆ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਉਹ ਮਾਂ ਨੂੰ ਉੱਥੇ ਚੁੰਨੀਆਂ ਰੰਗ ਕੇ ਚੁੰਨੀਆਂ ਰੰਗ ਕੇ ਪੱਗਾਂ ਰੰਗ ਕੇ ਮਾਂ ਨੂੰ ਦਵਾਈ ਅਸੀਂ ਦਵਾਉਂਦੇ ਰਹੇ ਇੱਥੇ ਹੁਣ ਇਹ ਸੰਗ ਪਾ ਲਈ ਜਾਂਦਾ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਤੇ ਕੁਲਦੀਪ ਮਾਨ ਕਹਿੰਦਾ ਇੱਥੇ ਚੁੱਪ ਕਰਕੇ ਨਹੀਂ ਬੈ ਹੁੰਦਾ ਕੰਦਾ ਨਾ ਦੱਸ ਦੇ ਜੇ ਝੂਠਾ ਤਾਂ ਦਵਾਈ ਕੌਣ ਦਵਾਉਂਦਾ ਰਿਹਾ ਬਦਲ ਦੇਖ ਨਾ ਇਹ ਜਿਹੜੀਆਂ ਆਹ ਆ ਇਸ ਤਰ੍ਹਾਂ ਦੀਆਂ ਖੱਟ ਮਿੱਠੀਆਂ ਜੀ ਜੀ ਖੱਟ ਮਿੱਠੀਆਂ ਇਹ ਅਠਾ ਪੀੜੀ ਦੇ 450 ਜਗਮਉਂ ਕੋਰ ਦੀ ਜੀ ਇੱਕ ਵਾਰ ਮਹੌਨ ਸਿੰਘ ਮੇਲਾ ਪਰੋਂ ਨਹਿਰ ਜੇਤੇ ਲੱਗਿਆ ਸੀ ਅੱਛਾ ਪੰਜਾਬੀ ਭਵਨ ਦੀ ਵਜਾਇ ਜਗਮਉਂ ਕੋਰ ਸਟੇਜ ਤੇ ਚੜੀ ਜਦੋਂ ਦੁਬਾਰਾ ਕੈਨੇਡਾ ਤੋਂ ਆਗੇ ਸੀ ਵਾਪਸ ਫਿਰ ਚੜਤ ਹੋ ਗਈ ਸੀ ਬਹੁਤ ਪ੍ਰੋਗਰਾਮ ਪੈਣ ਲੱਗ ਗਏ ਤੇ ਜਗਮਉਂ ਕੋਰ ਸਟੇਜ ਦੀ ਬੜੀ ਤਾਂ ਨਹੀਂ ਸੀ ਗਾਇਕੀ ਵੀ ਕਮਾਲ ਸੀ ਗੱਲਾਂ ਵੀ ਸ਼ੇਰੋ ਸ਼ੇਰੀ ਵੀ ਤੇ ਪਰਫਾਰਮੈਂਸ ਵੀ ਸੀ ਤੇ ਜਗਮਉਨ ਘਰ ਕਹਿੰਦੇ ਵੀ ਆ ਜਸਵਾਲ ਜੀ ਬੈਠੇ ਆ ਇਹ ਮੈਨੂੰ ਡ੍ਰੈੰਗ ਰੂਮ ਚ ਬੈਠਿਆਂ ਨੇ ਇਹਨਾਂ ਨੇ ਇੱਕ ਗੱਲ ਕਹੀ ਸੀ ਆ ਮੈਨੂੰ ਨਵਾਂ ਜੀਵ ਜਿਹਾ ਹੰਗਾਰਾ ਮਿਲਿਆ ਪੰਜਾਬ ਚ ਤੇ ਜਸਵਾਲ ਜੀ ਕਹਿੰਦੇ ਬਈ ਉਦੋਂ ਕਿਉਂ ਨਾ ਆਇਓ ਮਿੱਤਰਾ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ ਹੂੰ ਤੇ ਇਹਨਾਂ ਨੇ ਤਾਂ ਡ੍ਰੈੰਗ ਰੂਮ ਚ ਬਹਿ ਕੇ ਕਿਹਾ ਸੀ ਹੁਣ ਮੈਂ ਜਵਾਬ ਭਰੇ ਕੱਠ ਚ ਦਿੰਨੀ ਆ ਜਸਵਾਲ ਜੀ ਅੱਛਾ ਤੁਹਾਡਾ ਸਵਾਲ ਸੀ ਕਿ ਉਦੋਂ ਕਿਉਂ ਨਾ ਆਇਓ ਮਿੱਤਰਾਂ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ ਤੇ ਮੇਰਾ ਜਵਾਬ ਆ ਵੀ ਚੰਗੇ ਵੇਲੇ ਆਇਓ ਮਿੱਤਰਾਂ ਅਜੇ ਦੁੱਧ ਨੂੰ ਜਾਗ ਨਹੀਂ ਲਾਇਆ ਹੂੰ ਇਸ ਤਰ੍ਹਾਂ ਦੀ ਹੈ ਨਾ ਜਿਹੜੀਆਂ ਮਤਲਬ ਚੰਗੇ ਵੇਲੇ ਆਇਓ ਮਿੱਤਰਾਂ ਅਜੇ ਦੁੱਧ ਨੂੰ ਜਾਗ ਨਹੀਂ ਲਾਇਆ ਸਾਰੇ ਕਲਾਕਾਰਾਂ ਨੇ ਇਦਾਂ ਦਾ ਜਿਹੜੀ ਜਿਹੜਾ ਹੈ ਨਾ ਮੈਨੂੰ ਨੇੜਿਓਂ ਜਿਹੜਾ ਦੇਖਣ ਦਾ ਹੂੰ ਤੇ ਨਹੀਂ ਤਾਂ ਹੁੰਦਾ ਨਾ ਸੁਣੀਆਂ ਸੁਣਾਈਆਂ ਮੈਂ ਤਾਂ ਦੇਖੀਆਂ ਤੇ ਹਟਾਈਆਂ ਦੀ ਗੱਲ ਕਰਦਾ ਜੀ ਬਿਲਕੁਲ ਸੰਤੂ ਸਾਹਿਬ ਅੱਜ ਕੱਲ ਜਿਵੇਂ ਦੌਰ ਚੱਲਦਾ ਵੀ ਭਾਈ ਮੈਂ 2 ਡੂੜ ਲੱਖ ਤੋਂ ਘੱਟ ਗੀਤ ਨਹੀਂ ਦਿੰਦਾ ਮੈਂ 2.5 ਲੱਖ ਆਪਣਾ ਰੇਟ ਰੱਖ ਲਿਆ ਕਈ 50 ਹਜ਼ਾਰ ਵਾਲੇ ਵੀ ਗੀਤਕਾਰ ਹੈਗੇ ਆ ਕੋਈ ਕਿਵੇਂ ਵੀ ਇੰਨੇ ਪੈਸੇ ਜਦੋਂ ਅਸੀਂ ਸੁਣਦੇ ਆ ਸਾਨੂੰ ਤਾਂ ਅਚੰਬਤ ਵੀ ਕਰਨ ਵਾਲੀ ਗੱਲ ਲੱਗਦੀ ਵੀ ਅਚੰਭਾ ਜਾ ਵੀ ਯਾਰ ਗੀਤ ਦਾ 2 ਲੱਖ ਰੁਪਿਆ ਮਿਲਦਾ ਹੋਊਗਾ ਸਾਨੂੰ ਇਤਰਾਜ਼ ਕੋਈ ਨਹੀਂ ਭਾਵੇਂ 5 ਮਿਲੇ ਪਰ ਉਹ ਤਾਂ ਮਿਲਦਾ ਹੋਊਗਾ ਇਹਦਾ ਤੁਹਾਡੇ ਖਿਆਲ ਚ ਵੀ ਮੈਨੂੰ ਵੀ ਇਹ ਬੜੀ ਵਾਰ ਡਿਸਕਸ ਹੁੰਦਾ ਸੌਣ ਚ ਇਦਾਂ ਆਉਂਦਾ ਵੀ ਮੈਨੂੰ ਤਾਂ ਜਦੋਂ ਜਦੋਂ ਸਭ ਤੋਂ ਪਹਿਲਾਂ ਮਿਲੇ ਸੀ ਮੈਨੂੰ ਸਰਿੰਦਰ ਵਜਨ ਨੇ ਤਿੰਨ ਚਾਰ ਗੀਤਾਂ ਦਾ 1100 ਦਿੱਤਾ ਸੀ ਫਿਰ ਰਜਿੰਦਰ ਸਿੰਘ ਤੇ ਬਲਵਿੰਦਰ ਸਿੰਘ ਫਾਈਨ ਟੋਨ ਵਾਲਿਆਂ ਨੇ ਕਹਿੰਦੇ ਵੀ ਤੂੰ ਕੰਮ ਕਰਵਾਈ ਜਾਂਦਾ ਤੇ ਵਿੰਦਰਖੀ ਇਹ ਧਾਰਮਿਕ ਐਸਟ ਸੀ ਚਾਰਕ ਗੀਤ ਮੇਰੇ ਉਹਨਾਂ ਨੇ 2200 ਰੁਪਏ ਦਿੱਤਾ ਸੀ ਤੇ ਫਿਰ ਮੈਕਸਿਮਮ ਜਿਹੜੀ ਮੈਨੂੰ ਹੰਸਰਾਜ ਨੇ ਪੇਮੈਂਟ ਦਿੱਤੀ ਸੀਗੀ 20 ਕੁ ਹਜ਼ਾਰ ਹੂੰ ਤੇ ਸਭ ਤੋਂ ਵੱਧ ਹਾਂ ਸਭ ਤੋਂ ਵੱਧ ਤੇ 21000 ਕੇ ਤੋ ਨਹੀਂ ਮਿਲਿਆ ਹਾਂ ਹੁਣ ਜਿਵੇਂ ਸੁਣਦੇ ਆ ਵੀ ਹੋ ਸਕਦਾ ਜੀ ਹੋ ਸਕਦਾ ਹੈ مطلب ਇਹ ਕੋਈ ਵੱਖਰਾ ਪੈਨ ਹੋਊਗਾ ਮੇਰੇ ਖਿਆਲ ਜਾਂ ਕੋਈ ਆਮ ਨਹੀਂ ਹੋਣਾ ਉਹ ਜੀ ਕੋਈ ਸੋਚ ਤਾਂ ਸੋਚ ਆ ਨਾ ਬਿਲਕੁਲ ਸਹੀ ਹੈ ਹਾਂ ਤੁਸੀਂ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਨਵੇਂ ਪੂਰਦਿਆਂ ਦੇ ਨਾਲ ਵੀ ਪਹਿਲਿਆਂ ਦੇ ਨਾਲ ਵੀ ਜ਼ਿਆਦਾ ਸਵਾਦ ਕਿਹਨਾਂ ਨਾਲ ਕੰਮ ਕਰਕੇ ਆਇਆ ਤੁਸੀਂ ਹਿੰਮਤ ਸੰਧੂ ਦੇ ਪੂਰ ਦੇ ਨਾਲ ਜੀ ਜਾਂ ਜਗਮੋੜ ਕੌਰ ਦੇ ਪੂਰ ਦੇ ਨਾਲ ਜਾਂ ਬਿੰਦਰਖੀਆ ਵਾਲੇ ਪੂਰ ਦੇ ਨਾਲ ਕਿਹੜਾ ਪੂਰ ਜੜਾ ਮਨ ਨੂੰ ਪਉਦਾ ਸਭ ਤੋਂ ਵੱਧ ਤੁਹਾਨੂੰ ਚੰਗਾ ਲੱਗਿਆ ਕੰਮ ਕਰਕੇ ਹੂੰ ਤਾਂ ਸਭ ਤੋਂ ਵੱਧ ਤਾਂ ਹੁਣ ਚਲੋ ਮੈਂ ਜੇ ਕਹਾਂ ਤਾਂ ਦੀਦਾ ਹੀ ਆ ਵੀ ਉਹ ਤਾਂ ਫਿਰ ਬਿੰਦ ਰੱਖੀ ਨਾਲ ਹੋਇਆ ਇਹਦਾ ਪਰ ਵੈਸੇ ਜਿਹੜਾ ਸੀਗਾ ਮੈਨੂੰ ਇਹ ਜਿਹੜਾ ਨਜ਼ਾਰਾ ਜਿਹਾ ਆਉਂਦਾ ਸੀਗਾ ਉਹ ਚੀਮੇ ਤੇ ਵਾਰਸ ਨਾਲ ਵੀ ਅਮਰ ਨੂਰੀ ਨਾਲ ਹਾਂ ਵੀ ਜਿਹੜੇ ਗੀਤ ਹੋਏ ਆ ਤੇ ਉਹ ਸਾਡਾ ਮਾਹੌਲ ਹੀ ਇਦਾਂ ਦਾ ਹੁੰਦਾ ਸੀ ਅਸਲ ਸਟੂਡੀਓ 'ਚ ਹਾਸਾ ਠੱਠਾ ਵੀ ਚੱਲੀ ਜਾਣਾ ਗੱਪ ਛੱਪੀ ਚੱਲੀ ਜਾਣਾ ਕੰਮ ਵੀ ਚੱਲੀ ਜਾਣਾ ਤੇ ਉਹ ਤਾਂ इवन ਜਦੋਂ ਵੀਰ ਮਾਨ ਕਰਨੇ ਮੇਰੇ ਪੰਜ ਛੇ ਗੀਤ ਗਾਏ ਤੇ ਇਹਨਾਂ ਸਾਰਿਆਂ ਨਾਲ ਜਣੀ ਨਜ਼ਾਰਾ ਦਾ ਹਰਥਾ ਸੀ ਅਸੀਂ ਮਾਹੌਲ ਹੀ ਇਦਾਂ ਦਾ ਬਣਾ ਲੈਂਦੇ ਸੀ ਹਾਂ ਜੀ ਪਰ ਜਦੋਂ ਇੰਨੇ ਵਧੀਆ ਤਰੀਕੇ ਨਾਲ ਚੱਲ ਰਿਹਾ ਵਿੱਚ ਫਿਰ ਗੱਬਰ ਲੱਡੂ ਹੋਰੀ ਆ ਜਾਂਦੇ ਆ ਹਾਂ ਫਿਰ ਜਫੀਆਂ ਸਹਰਾਣਿਆਂ ਨੂੰ ਪਾਉਂਦੀ ਰਹੇਗੀ ਕੁਛ ਇਦਾਂ ਦਾ ਗਾਣੇ ਗੁਣ ਇਹ ਇਹ ਗਾਣੇ ਤਾਂ ਫਿਰ ਅਵੱਲੇ ਜੇ ਸੀਗੇ ਨਾ ਹਾਂ ਵਿੱਚ ਵਿੱਚ ਇਦਾਂ ਦੇ ਆਉਂਦੇ ਰਹੇ ਬਈ ਲਿਖ ਲਿਆ ਮੈਂ ਆਪ ਦਾ ਆਪ ਬਹੁਤ ਅਲੋਚਕ ਜਿਹੜੇ ਲਿਖਿਆਂ ਨੂੰ ਨਾ ਮੈਂ ਉਹਦੀ A ਕਲਾਸ B ਕਲਾਸ C ਕਲਾਸ ਤਿੰਨ ਕਲਾਸਾਂ ਜੀਆਂ ਬਣਾ ਦੇਣਾ ਕੀਤਾ ਦੀਆਂ ਕਈ ਜਿਹੜੇ ਲਿਖੇ ਹੋਈ ਮੈਂ ਚੱਕ ਕੇ ਪਰਾਂ ਰੱਖ ਦੇਣਾ ਵੀ ਆ ਯਾਰ ਐਵੇਂ ਕਾ ਮੈਂ ਕੀ ਬਕਵਾਸ ਲਿਖਦਾ ਇਹ ਤੱਕ ਦੂਸਰਾ ਹੂੰ ਇਹ ਕਰ ਕਰਾਉਣਾ ਹੀ ਨਹੀਂ ਨਾ ਕਿਸੇ ਨੂੰ ਦਿਖਾਉਣਾ ਜਿੰਨਾ ਚੋ ਇੱਕ ਵੀ ਦੱਸ ਦੇਣਾ ਵੀ ਨਾ ਖੁੱਲ ਕੇ ਹਾਂ ਤੂੰ ਕਰਦੀ ਏ ਨਾ ਖੁੱਲ ਕੇ ਨਾ ਤੂੰ ਕਰਦੀ ਏ ਤੇ ਸੋਚ ਸਿਆਸੀ ਬਣ ਗਈ ਨਹੀਂ ਗੱਲ ਗੋਲ ਮੋਲ ਜੀ ਕਰਦੀ ਏ ਹੋ ਗੋ ਕਹਿੰਦੀ ਵੀ ਨਾ ਮੇਰੀ ਹਾਂ ਦੇ ਵਿੱਚ ਵੀ ਨਾ ਮੁੰਡਿਆ ਮੇਰੀ ਨਾ ਦੇ ਵਿੱਚ ਵੀ ਹਾਂ ਮੁੰਡਿਆ ਜੇ ਰਮਜ਼ਿਸ਼ਕ ਦੀ ਪਤਾ ਨਹੀਂ ਫਿਰ ਜਾ ਖਸਮਾਂ ਨੂੰ ਖਾ ਮੁੰਡਿਆ ਮੈਨੂੰ ਲੱਗਿਆ ਯਾਰ ਇਹ ਮੇਰਾ ਲੈਵਲ ਨਹੀਂ ਛੱਡ ਪਰਾ ਲੇਖ ਹੋ ਗਿਆ ਹੋੜ ਗਿਆ ਪਰ ਇਹ ਕਾਗਜ਼ਾਂ ਚ ਹੀ ਪਿਆ ਇਦਾਂ ਦੇ ਸਰਾ ਬਹੁਤ ਗੀਤ ਉਹ ਜਿਹੜੇ ਆਪ ਹੀ ਮਤਲਬ ਉਹਨਾਂ ਨੂੰ ਰੱਦ ਕਰ ਦਿੰਦੇ ਸੀ ਤੇ ਕਈ ਰਿਕਾਰਡਡ ਗੀਤ ਵੀ ਪਸੰਦ ਨਹੀਂ ਸੀ ਮੈਨੂੰ ਆਉਂਦੇ ਹੋ ਗਿਆ ਸਿਰੋ ਦੇ ਇੱਕ ਗੀਤ ਜਿਹੜਾ ਤੁਹਾਨੂੰ ਰਿਕਾਰਡਡ ਪਸੰਦ ਨਾ ਆਇਆ ਹੋਵੇ ਉਹ ਸੀ ਦਲਸ਼ਾਦ ਅਖਤਰ ਦੀ ਬੱਲੇ ਭਾਬੀਗੇ ਨਹੀਂ ਸ਼ਾਵਾ ਸ਼ਾਵਾ ਭਾਬੀਏ ਜਿਹੜਾ ਡੱਟ ਪਾਟ ਦਾ ਜਿਹੜਾ ਕੀ ਆ ਨਿੱਕਾ ਜਿਹਾ ਬੱਚਾ ਤੇ ਉਹ ਮੈਨੂੰ ਲੱਗੇ ਮੈਂ ਬਚਕਾਰ ਨਾਲ ਗੱਲਾਂ ਸੀ ਕੋਈ ਖੰਦ ਦੂਸਰਾ ਆਈਡੀ ਕਰ ਨਹੀਂ ਸੀ ਜੀ ਤੇ ਜਿਵੇਂ ਰੱਖੀ ਦੀ ਵਾਚੀ ਇੱਕ ਜੰਤਰ ਮੰਤਰ ਜੰਤਰ ਮੰਤਰ ਜ ਦੂਸਰਾ ਉਹ ਐਮੀ ਸੀ ਗਾਇਆ ਵੀ ਵਧੀਆ ਨਹੀਂ ਗਿਆ ਲਿਖਿਆ ਵੀ ਵਧੀਆ ਨਹੀਂ ਗਿਆ ਪਰ ਮੈਨੂੰ ਨਿੱਜੀ ਤੌਰ ਦੇ ਤੇ ਹਮੇਸ਼ਾ ਇਹ ਲੱਗਦਾ ਵੀ ਇਹ ਤੁਹਾਡੇ ਕਦ ਤੋਂ ਬਹੁਤ ਛੋਟਾ ਸੀਗਾ ਵੀ ਉਹ ਜਫੀਆਂ ਜੁੱਫੀਆਂ ਜਿਹਾਂ ਵਾਲਾ ਨਾ ਉਹ ਕਬਰ ਲੱਡੂ ਵਾਲਾ ਉਹ ਉਹ ਤੁਹਾਡੇ ਕੋਲੋਂ ਜੱਜਦਾ ਹੀ ਨਹੀਂ ਸੀ ਮੈਂ ਲਗਦਾ ਵੀ ਇਹ ਤਾਂ ਤੁਹਾਡੇ ਨਾਂ ਦੇ ਨਾਲ ਜੁੜਨੇ ਹੀ ਨਹੀਂ ਚਾਹੀਦਾ ਆ ਨਹੀਂ ਸੀ ਜੁੜਨਾ ਚਾਹੀਦਾ ਚਲੋ ਹੁਣ ਆਪਾਂ ਉਹ ਗੱਲ ਕਰਦੇ ਹਾਂ ਜੀ ਕਿ ਇਹ ਇਹ ਸੱਚ ਹੈ ਮੰਨੋ ਜਾਂ ਨਾ ਮੰਨੋ ਅੱਛਾ ਪਰ ਇਹ ਸੱਚ ਹੈ ਉਹ ਜਿਹੜਾ ਤੁਸੀਂ ਦੱਸਿਆ ਸੀਗਾ ਚਾਹ ਦਾ ਪਿਆਲਾ ਸਾਂਝਾ ਕਰਦੇ ਆ ਜੀ ਵੀ ਕੁਝ ਕ ਗੱਲਾਂ ਉਹ ਸਾਨੀਆਂ ਕਰਨੀਆਂ ਅੱਜ ਚੱਜ ਦਾ ਵਿਚਾਰ ਦੇ ਵਿੱਚ ਜਿਹੜੀਆਂ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਉਹ ਹੋ ਜਾਣਾ ਉਹ ਹਰਮਨ ਜੀ ਤੇ ਟੈਣਾ ਜੀ ਵੀ ਉਹਨਾਂ ਨੇ ਬੜੇ ਚਿਰ ਤੋਂ ਸਾਂਭੀ ਬੈਠਾ ਸੀ ਜੀ ਵੀ ਇਹ ਹੈ ਨਾ ਤੁਹਾਡੇ ਵਾਲੇ ਪ੍ਰੋਗਰਾਮ 'ਚ ਵਾਹ ਵਾਹ ਪਹਿਲੀ ਵਾਰ ਹੈ ਦਸਰਾ ਕਹਿਣੀ ਆ ਇਹ ਮੈਨੂੰ ਪਤਾ ਜਿਵੇਂ ਮੇਰਾ ਨਾ ਭਾਵੇਂ ਓਵਰ ਕੌਨਫੀਡੈਂਸ ਸਮਝੋ ਵੀ ਮੈਂ ਅਧਾਲਜੀ ਨੂੰ ਕਹਣਾ ਲਓ ਜੀ ਭਾਜੀ ਇਹ 21 22 ਕੈਰਟ ਨਹੀਂ 24 ਕੈਰਟ ਦਾ ਕੀ ਤੇ ਲਿਖਿਆ ਗਿਆ ਅੱਛਾ ਕੋਈ ਦੇ ਸੁਣਾਉ ਤੇ ਮੈਂ ਸੁਣਾਤਾ ਮੋਖੜਾ ਦੇ ਕੇ ਮਰ ਗਿਆ ਉਹ ਨਿਕਲਿਆ ਵੀ 24 ਕੈਰਟ ਜੀ ਤੇ ਦਸਰਾ ਇਦਾਂ ਸੀ ਇਹ ਗੱਲ ਲੈਂਦੇ ਆ ਆ ਜਿਹੜੀਆਂ ਗੱਲਾਂ ਵੀ ਆ ਇਹ ਕਿਉਂਕਿ ਉਹੀ ਆ ਵੀ ਇਹ ਲਾਇਬ੍ਰੇਰੀਆਂ ਚ ਨਹੀਂ ਮਿਲਣੀਆਂ ਕਿਤਾਬਾਂ ਚ ਨਹੀਂ ਮਿਲਣੀਆਂ ਜੀ ਤੇ ਇਹ ਤਾਂ ਆ ਮੇਰੇ ਲਈ ਐਸ.ਚ.ਪ. ਚ ਹੀ ਪਈਆਂ ਤੇ ਔਰ ਦੇ ਉਪਰ ਇਧਰ ਲਈ ਜੇਬ ਚੋਂ ਕਢੋ। ਹਾਂ। ਇਹ ਮੈਂ ਦੇਖੋ ਨਾ ਪੇਪਰ ਵਰਕ ਕਰਕੇ ਆਇਆ ਬਕਾਇਦਾ। ਵਾਹ ਵਾਹ! ਕੀ ਬਾਤ ਹੈ। ਦੇਖੋ ਇੱਕ ਤਾਂ ਹੈ ਕਿ ਰਖੜੀ ਬੰਨ ਰਿਸ਼ਤੇ। ਜੀ ਜਿਹੜੇ ਹੋਏ। ਤੇ ਰਖੜੀ ਬੰਨਣ ਵਾਲੇ ਰਿਸ਼ਤੇ। ਰਖੜੀ ਬੰਨਣ ਵਾਲੇ ਰਿਸ਼ਤੇ ਹੋਏ ਭੈਣ ਭਰਾ ਬਣੇ। ਉਹ ਚ ਉਧਰੋਂ ਸ਼ੁਰੂ ਕਰ ਲੈਨੇ ਇੱਕ ਦੋ ਕਰੋ। ਕਰੋ। ਜੀ ਜ਼ਰੂਰ। ਸ਼ਤਰੂਗਨ ਸਿਨਾ ਤੇ ਹੇਮਾਮਲਨੀ। ਇਹ ਰਖੜੀ ਬੰਨ ਭੈਣ ਭਰਾ। Achha, टुन टुन <laughs> 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 अच्छा जी हां जी ਜਿਹੜਾ ਸੰਗੀਤਕਾਰ ਨਿਸ਼ਾਦ ਸੀ ਰਾਣਾ ਤੇ ਕਾਮੇਡੀ ਕਲਾਕਾਰ ਟੰਟਨ ਸੀ ਹੂੰ ਇਹ ਰਖੜੀ ਵਨ ਭੈਣਪਰਾ ਸੀ ਸਰਿੰਦਰ ਕੈਰੋਂ ਤੇ ਇੰਦਰਾ ਗਾਂਧੀ ਹੂੰ ਰਖੜੀ ਵਨ ਭੈਣਪਰਾ ਸੀ ਕੁਝ ਸਾਲ ਇਹਨਾਂ ਨੇ ਰਖੜੀ ਬੰਨੀ ਤੇ ਬਣਾਈ ਕੁਲਦੀਪ ਮਾਨਕ ਤੇ ਛਿੰਦੇ ਦੀ ਘਰ ਵਾਲੀ ਜਗਿੰਦਰ ਕੌਰ ਹੂੰ ਇਹ ਰਖੜੀ ਵਨ ਭੈਣਪਰਾ ਸੀ ਅੱਛਾ ਜਰਨੈਲ ਘਮਾਨ ਤੇ ਪਰਮਿੰਦਰ ਸੰਧੂ ਇਹ ਰਖੜੀ ਵਨ ਭੈਣਪਰਾ ਸੀ ਜਗਜੀਤ ਚੂਟਚੱਕ ਤੇ ਮਨਜੀਤ ਮਾਨ ਹੋ ਗਏ ਇਹ ਰੱਖਣਾਂ ਸੀ ਇੱਕ ਵਾਲ ਢੱਲੋਂ ਤੇ ਸਫਤਾ ਸੁਮਨ ਜਿਹੜੀ ਸਿੰਗਰ ਉੱਥੋਂ ਵਾਲੇ ਪਹਿਲਾਂ ਸਫਤਾ ਸਾਥੀ ਹੁੰਦੀ ਸੀ ਇਹ ਵੀ ਰਖੜੀ ਬਨ ਭੈਣ ਭਰਾ ਸੀ ਲਿਸਟ ਬਹੁਤ ਲੰਮੀ ਆ ਮੈਂ ਇਸ ਕਰਕੇ ਅਗਲੇ ਟੌਪਿਕ ਤੇ ਹਾਂ ਬਿਲਕੁਲ ਆਉਣਗੇ ਜੀ ਕਿ ਗਲਤੀਆਂ ਤੇ ਔਕਾਈਆਂ ਵੀ ਹੋਈਆਂ ਗੀਤਾ ਚ ਜੀ ਗਲਤੀਆਂ ਤੇ ਔਕਾਈਆਂ ਹਾਂ ਪੰਜ ਚਾਰ ਦੱਸ ਦਿੰਨੇ ਆ ਜੀ ਕੁਲਦੀਪ ਮਾਨਕ ਤੋਂ ਗਲਤੀ ਹੋ ਗਈ ਜਾਓ ਦੇ ਲੇਖਕ ਦੇਵ ਤ੍ਰੀਕੇ ਵਾਲਤ ਹੋਗੇ ਕਹਿੰਦੇ ਗੋਰੀਆ ਮਕਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਸਾਰਾ ਟੱਬਰ ਮਿਲਦਾ ਉਹਨੂੰ ਫਾਸੀ ਲੱਗਣ ਤੋਂ ਪਹਿਲਾਂ ਤੇ ਉੱਥੇ ਜਿਹੜਾ ਬਾਪ ਆ ਉਹ ਕਹਿੰਦਾ ਵੀ ਰੀਤ ਆਪਣੀ ਦੇਸ਼ ਲਈ ਮਰਨਾ ਡੋਲਣਾ ਤੋਂ ਜਾਈ ਬੱਚੇ ਜਿਵੇਂ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਚਾਚਾ ਤਾਂ ਮਰਦਾ ਜਾ ਕੇ 1947 ਜਦੋਂ ਦੇਸ਼ ਆਜ਼ਾਦ ਹੁੰਦਾ ਉਹਸ ਰਾਤ ਨੂੰ ਜੀ ਤੇ ਭਗਤ ਸਿੰਘ ਤਾਂ ਪਹਿਲਾਂ ਜੀਰ ਹੁੰਦਾ ਮਤਲਬ ਇਹ ਇਤਿਹਾਸ ਦਾ ਪਈ ਇਹ ਪੁੱਠਾ ਗੜ ਗਿਆ ਬਿਲਕੁਲ ਉਦਾਹਰਣ ਕਿਦਾਂ ਦੇ ਉਹ ਅਚਾਨਕ ਹੋ ਗਿਆ ਇਹ ਅਚਾਨਕ ਹੋ ਗਿਆ ਉਹ ਤਾਂ ਗਲਤੀ ਲਿਖਣ ਵਾਲੇ ਤੋਂ ਹੋ ਗਈ ਤੇ ਕੋਣ ਹੋ ਗਈ ਇਸ ਤਰ੍ਹਾਂ ਦਦਾਰ ਸੰਧੂ ਤੋਂ ਹੋ ਗਈ ਬਹੁਤ ਮਸ਼ਹੂਰਗੀ ਸੀ ਜੋੜੀ ਜਦੋਂ ਚਵਾਰੇ ਚੜ੍ਹਦੀ ਉਹਦੇ ਵਿੱਚ ਉਹ ਇੱਕ ਥਾਂ ਤੇ ਤਾਂ ਉਹਨੇ ਕਹਿਤਾ ਨੀ ਮੈਂ ਪੁੱਤ ਬੁੜੀ ਦਾ ਕੱਲਾ ਵੋਟੀ ਜਿਉਂ ਚਾਂਦੀ ਦਾ ਛੱਲਾ ਤੇ ਉਸੇ ਜੀ ਕਹਿਤਾ ਤੇਰਾ ਜੇਠ ਕੰਗੂਰੇ ਮਾਰੇ ਕੱਲੇ ਪੁੱਤ ਦਾ ਜੇਠ ਕਿੱਥੋਂ ਆ ਗਿਆ ਜੀ ਬਿਲਕੁਲ ਸਹੀ ਹੈ ਅੱਛਾ ਇਸੇ ਤਰ੍ਹਾਂ ਮੁਹੰਮਦ ਸਦੀਕ ਤੋਂ ਅਸੀਂ ਇੱਕ ਪਰਾ ਤੇਰਾ ਲੈਂਡ ਮਕਲਾਵਾ ਨੀਵੇਂ ਆਇਆ ਬੱਲੀਏ ਨੀਵੇਂ ਲੈ ਕੇ ਜਾਣਾ ਤੇ ਉਹ ਕਹਿੰਦੀ ਨਹੀਂ ਜਾਣਾ ਉਸ ਜੇ ਕੰਤਰੇ ਚ ਆਉਂਦਾ ਵੀ ਕੋਈ ਕਿ ਮਹੀਨੇ ਕੋਈ ਕਿ ਸਾਲ ਨਹੀਂ ਸੀ ਨਾ ਮਕਲਾਵਾ ਹੁੰਦਾ ਉਹ ਕਹਿੰਦਾ ਕੌੜੀਏ ਸੁਭਾ ਦੀਆਂ ਨਾ ਮਾਰ ਬੋਲੀਆਂ ਤੇਰੇ ਬਿਨਾ ਦੁੱਧੋਂ ਭੱਜ ਗਈਆਂ ਖੋਲੀਆਂ ਵੀ ਜੜੀ ਮੱਝਾਂ ਤੇਰੇ ਹੱਥ ਪੈ ਗਈਆਂ ਔਰ ਦੁੱਧ ਦੇ ਨੂੰ ਹਟ ਗਈਆਂ ਉਹ ਤਾਂ ਜ ਗਈ ਹੀ ਨਹੀਂ ਸੋਰੀ ਮਕਲਾਵੇ ਉਹ ਮੱਝਨ ਉਹ ਤਾਂ ਕਦੋਂ ਉਹਦੇ ਹੱਥ ਪੈ ਗਈਆਂ ਸਹੀ ਚਲੋ ਪੂਗੀ ਗਲਤੀ ਹੋ ਜਾਂਦਾ ਇਹ ਜਜ਼ਬਾਤੀ ਰੋਂ ਦੇ ਵਿੱਚ ਇਦਾਂ ਗਲਤੀਆਂ ਹੋ ਜਾਂਦੀਆਂ ਸਰਦੂਲ ਸੁਖੰਦਰ ਤਾਂ ਗਈ ਸੀ ਪੱਟੇ ਗਏ ਨਹੀਂ ਮੁੰਡੇ ਤੇਰੇ ਨਹੀਂ ਪਿਆਰਦੇ ਹੀਰ ਤਾਂ ਤੁਰ ਗਈ ਖੇੜੀ ਰਾਂਝੇ ਰਹਿਗੇ ਬੰਜਾ ਚਾਰ ਦੇ ਹੁਣ ਉਹ ਜੇ ਦੇਖ ਨਾ ਬਈ ਰਾਂਝੇ ਯਾਰ ਸੈਂਕੜੇ ਥੋੜੋ ਸੀ ਜਾਂ ਦਰਜਣਾਂ ਥੋੜੋ ਸੀਗੇ ਇੱਕ ਹੀਰ ਸੀ ਤੇ ਇੱਕ ਰਾਂਝਾ ਸੀ ਹੂੰ ਹੀਰ ਤਾਂ ਤੁਰ ਗਈ ਖੇੜੀ ਰਾਂਝਾ ਰਹਿ ਗਿਆ ਮੱਜਾਂ ਚਾਰ ਦਾ ਤਾਂ ਹੋ ਸਕਦਾ ਰਾਂਝੇ ਰਹਿ ਗਏ ਮੱਜਾਂ ਚਾਰ ਦੇ ਹੀਰ ਦੇ ਕਿੰਨੇ ਕ ਯਾਰ ਸੀ ਫਿਰ ਹੂੰ ਇਤਿਹਾਸਕ ਗਲਤੀ ਕਹਿ ਲਓ ਮਤਲਬ ਪਹਿਲੇ ਹੀ ਦੇਖੋ ਸਥਾਈ ਮੁਖੜੇ ਦੀ ਗਲਤੀ ਪ੍ਰੋਫੈਸਰ ਮਾਹਨ ਸਿੰਘ ਕੋਰਸਾ ਚ ਵੀ ਗੰਦ ਪਾਉਂਦੇ ਉਹਦੀ ਕਫਤਾ ਚ ਕੋਈ ਤਾਂ ਗਲਤੀ ਹੋ ਗਈ ਸੀ ਹੂੰ ਉਹ ਸੀ ਇਦਾਂ ਕ ਲੈਣਾ ਵੀ ਮੈਨੂੰ ਲੱਗਿਆ ਤੇਰਾ ਝੋਰਾ ਨਹੀਂ ਜਿਵੇਂ ਕਣਕ ਨੂੰ ਲੱਗਿਆ ਢੋਰਾ ਨਹੀਂ ਕਣਕ ਨੂੰ ਸੁਸਰੀ ਲੱਗਦੀ ਹੈ ਢੋਰਾ ਛੋਲੇ ਨੂੰ ਲੱਗਦਾ ਹੈ ਬਿਲਕੁਲ ਸਹੀ ਵਾਕੇ ਸ਼ੇਰੀ ਬੰਦਾ ਸੀ ਹੋਗੀ 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 ਅੱਛਾ ਇਸੇ ਤਰ੍ਹਾਂ ਸੁਰਿੰਦਰ ਚੰਦ ਇਹ ਤਾਂ ਹੋ ਗਈ ਜਾਂ ਦੇਵਤਰੀ ਕੇ ਵਾਲੇ ਤਾਂ ਹੋ ਗਈ ਲਿਖਣ ਚ ਹੋ ਗਈ ਜਾਂ ਗੌਣ ਚ ਹੋ ਗਈ ਜੂਣਾ ਮੋੜ ਵੀ ਉਹਦੇ ਤੇ ਆਪਣਾ ਉਹਨੇ ਪਹਾੜੀ ਤੋਂ ਛਾਲ ਮਾਰਦੀ ਉਹ ਤਾਂ ਹਰਨੇਕ ਸਿੰਘ ਕਢੂਆ ਦੀ ਖੋਜਪੁਰੀ ਨੇ ਕਹਿੰਦਾ ਬਾਕਾਇਦਾ ਜਿਹੋਨੇ ਮੋੜਨ ਤਾਂ ਫਾਸੀ ਲੱਗੀ ਹਾਂ ਫਾਸੀ ਲੱਗੀ ਆ ਥਾਣੇ ਦਾ ਵੇਰਵਾ ਤਰੀਕ ਦਾ ਵੇਰਵਾ ਜਲਾਦ ਦਾ ਵੇਰਵਾ ਪਾ ਸਾਰੇ ਵੇਰਵੇ ਉਹਦੇ ਵਿੱਚ ਸਾਰਿਆਂ ਨੇ ਆਪਾਂ ਵੀ ਮੰਨ ਲਏ ਵੀ ਹਾਂ ਉਹਨੇ ਪਿੱਛੇ ਮੁੜ ਕੇ ਦੇਖਿਆ ਪੁਲਿਸ ਮਗਰ ਲੱਗੀ ਬਸ ਉਹ ਦਾਅਨਤ ਹੋ ਗਿਆ ਹੋਣੀ ਨੇ ਉਹਨੂੰ ਉੱਥੇ ਫਿਲਮੀ ਕਹਾਣੀ ਬਣ ਗਈ ਹਾਂ ਇਸੇ ਤਰ੍ਹਾਂ ਮੈਥੋ ਵੀ ਗਲਤੀ ਹੋ ਗਈ ਸੇ ਪਰਮਿੰਦਰ ਸੰਧੂ ਦੇ ਗੀਤ ਚ ਅੱਛਾ ਹੁਣ ਉਹਦੀ ਲਾਈਨਾਂ ਤੇ ਜੀ ਵੀ ਗਿੱਠ ਦਾ ਬਣਾ ਕੇ ਫੀਤਾ ਨੱਚਦੀ ਦਾ ਲੱਕ ਮੇੜਦਾ ਟੁੱਟ ਪੈਣਾ ਲੰਬੜਾਂ ਦਾ ਜੀਤਾ ਨੱਚਦੀ ਦਾ ਲੱਕ ਮੇੜਦਾ ਹੁਣ ਉੱਤੇ ਤਾਂ ਉਹਦਾ ਨਾਮ ਮੈ ਫਿਕਸ ਕਰਤਾ ਟੁੱਟ ਪੈਣਾ ਲੰਬੜਾਂ ਦਾ ਜੀਤਾ ਤੇ ਫਿਰ ਆਖਰੀ ਅੰਤਰ ਚ ਸੰਧੂ ਸ਼ਮਸ਼ੀਰ ਕਿਵੇਂ ਆ ਗਿਆ ਜੀਤਾ ਰਪਾ ਸੰਧੂ ਵੀਰੇ ਹਰ ਤੇ ਜੀਤਾ ਕਹਦਾ ਉਹਦਾ ਨਾ ਜੀਤਾ ਉਹਦਾ ਨਾ ਦਾ ਜੀਤਾ ਫਿਕਸ ਹੋ ਗਿਆ ਫਿਰ ਤੁਸੀਂ ਉਹਦੇ ਚ ਆਪਣੀਆਂ ਸਤਰਾਂ ਕੀ ਸੀ ਤੁਹਾਡੀਆਂ ਉਹ ਆਏ ਸੀ ਵੀ ਉਹ ਕੰਨੀ ਖੇਤਾਂ ਚ ਮਿਲੇ ਸੀ ਸਾਗ ਤੋੜਦੀ ਸੀ ਉੱਥੇ ਸੰਧੂ ਸ਼ਮਸ਼ੀਰ ਮੈਨੂੰ ਭੁੱਲਦਾ ਨਹੀਂ ਭਲਾਇਆ ਐਂ ਜੀ ਪਤਾ ਨਹੀਂ ਕੋਈ ਅੱਛਾ ਤੇ ਜੀਤਾ ਹੋਰ ਹੀ ਪਾਸੇ ਰਹਿ ਗਿਆ ਕਿ ਉਹ ਜੀਤਾ ਪੀਤਾ ਦੋਨੋਂ ਫੜਾਇਆ ਹੋਇਆ ਸੀ ਜਿੰਦਾ ਹੋਰੀ ਬਾਤ ਤੇ ਰਹਿ ਗਿਆ ਇਸ ਤਰ੍ਹਾਂ ਸਾਡਾ ਆੜੀ ਗਰਫਜਨ ਕਿੱਲ ਪਹਿਲੇ ਪਹਿਲੇ ਕਹਾਣੀਆਂ ਵੀ ਲਿਖਦੋ ਸੀ ਹਾਂਜੀ ਇੱਕ ਕਹਾਣੀ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਕਹਿੰਦਾ ਤੱਤੀ ਰੇਤ ਤੇ ਪੈਰ ਸੜ ਰਹੇ ਸੀ ਫਰਵਰੀ ਦੇ ਵਿੱਚ ਉਹ ਤਾਂ ਚਲੋ ਕਹਾਣੀਆਂ ਛੱਡ ਗਿਆ ਇਦਾਂ ਤੇ ਬਹੁਤ ਬਹੁਤ ਅਚਾਨਕ ਹੋ ਜਾਂਦਾ ਹੋ ਜਾਂਦਾ ਇਦਾਂ ਹੁਣ ਇੱਕ صدیق ਦਾ ਹੋਰ ਕੀ ਸੀ ਪੈਂਦੀਆਂ ਛਣਕ ਮੇਰੀ ਵੰਗ ਵੇ ਮੇਰੇ ਵੱਸ ਨਾ ਘਬਰੂਆ ਜੇ ਕੱਲੀ ਵਾਂ ਕਿਵੇਂ ਛਣਕ ਜੂ ਦੋ ਹੋਣਗੀਆਂ ਤਾਂ ਛਣਕ ਸਕਦੀ ਚਾਰ ਪੈਂਦੀਆਂ ਛਣਕ ਮੇਰੀ ਵਾਂਗ ਮੇਰੇ ਵਾਸਤੇ ਇੱਕ ਕੱਲੀ ਨਹੀਂ ਛਣਕਦੀ ਘੁੰਮ ਭਾਵੇਂ ਜਾਵੇ ਛਣਕ ਨਹੀਂ ਸਕਦੀ ਬਾਈ ਕੜੀ ਢੜ ਗਾਇਓ ਛਣਕਦੀ ਲਓ ਜੀ ਹੁਣ ਉਹਦੇ ਤੇ ਆਈਏ ਪਰ ਸੱਚ ਹੈ ਹਾਂ ਉਹ ਮੈਂ ਕਿਹਾ ਚਲ ਉਹੀ ਮੂਰੇ ਲਾ ਲੀਏ ਇਹਨੂੰ ਕਰੋ ਵੀ ਕਾਵ ਕੋਲੋਲ ਕੁਤਕੁਤੀਆਂ ਫਲਾਣਾ ਜੀ ਜੀ ਇਹ ਹੈ ਕਿ ਪੁੱਜੇ ਮੈਂ ਆਪਾਂ ਪਹਿਲਾਂ ਦੱਸ ਹੀ ਦਿੱਤਾ ਵੀ ਮੰਨੋ ਭਾਵੇਂ ਨਾ ਪਰ ਹੈ ਸੱਚ ਜੀ ਕਿ ਸੁਰਜੀਤ ਵਿੰਦ ਰਖੀ ਨਾ ਜੁੜਿਆ ਵੀ ਉਹਦਾ ਗਿਨੀਜ਼ ਬੁੱਕ ਦੇ ਵਿੱਚ ਉਹਦੀ ਲੰਮੀ ਏਕ ਦਾ ਜ਼ਿਕਰ ਦਰਜ ਆ ਹੂੰ ਕਿਸੇ ਗਿਨੀਜ਼ ਬੁੱਕ ਵਿੱਚ ਉਹਦਾ ਨਾਂ ਦਰਜ ਨਹੀਂ ਹੈ ਮੰਨੋ ਭਾਵੇਂ ਨਾ ਇਹ ਸੱਚ ਹੈ ਇਹ ਸੱਚ ਹੈ ਅੱਛਾ ਪੁੱਤ ਜੱਟਾਂ ਦੇ ਫਿਲਮ ਵਿੱਚ ਸੁਰਿੰਦਰ ਸ਼ਿੰਦ ਨੇ ਰੋਲ ਕੀਤਾ ਸੀਗਾ ਤੇ ਬੜੇ ਲੱਛੇਦਾਰ ਡਾਇਲੌਗ ਬੋਲੇ ਸੀ ਬਈ ਅਸੀਂ ਸ਼ੇਰ ਦੇ ਜਵਾੜਿਆਂ 'ਚ ਹੱਥ ਪਾਈਏ ਤੇ ਜਵਾੜੇ ਚੀਰ ਕੇ ਰੱਖ ਦਈਏ ਤਾੜੀਆਂ ਵੀ ਵੱਜਦੀਆਂ ਚੰਦਾ ਕਈ ਵਾਰ ਸਟੇਜਾਂ ਤੇ ਵੀ ਇਹਨਾਂ ਦੇ ਡਾਇਲੌਗ ਬੋਲਦਾ ਉਹ ਜਿਹੜੇ ਸਰਿੰਦਰ ਛਿੰਦੇ ਦੇ ਡਾਇਲੌਗ ਸੀ ਉਸ ਫਿਲਮ ਦੇ ਵਿੱਚ ਉਹ ਸਰਿੰਦਰ ਛਿੰਦੇ ਦੇ ਬੋਲੇ ਹੀ ਨਹੀਂ ਸੀ ਉਹ ਤਾਂ ਦੀਪ ਢਿਲੋਂ ਦੀ ਆਵਾਜ਼ ਚ ਡੱਬ ਕੀਤੇ ਸੀ ਅੱਛਾ ਉਹ ਤਾਂ ਆਵਾਜ਼ ਦੀਪ ਢਿਲੋਂ ਦੀ ਸੀ ਛਿੰਦੇ ਦੀ ਨਹੀਂ ਅੱਛਾ ਜੀ ਮੰਨੋ ਭਾਵੇਂ ਨਾ ਇਹ ਸੱਚ ਹੈ ਹਾਂ ਅੱਛਾ ਸਤਿੰਦਰ ਸਰਤਾਜ ਜਦੋਂ ਪਹਿਲਾਂ ਪਹਿਲਾਂ ਸਾਈ ਤੋਂ ਪਹਿਲਾਂ ਦਾ ਆਇਆ ਪਹਿਲੇ ਦੌਰ ਦੇ ਵਿੱਚ ਜਦੋਂ ਸੰਘਰਸ਼ਸ਼ੀਲ ਜੀ ਸੀਗਾ ਇਹਨੇ ਉਹ ਮਈ ਦੇ ਟੱਪੇ ਜਿਹੜੇ ਆਮ ਹੀ ਹੁੰਦੇ ਆ ਬਹੁਤ ਘਸੇ ਜਿਹੇ ਸੁਦੇਸ਼ ਕੁਮਾਰੀ ਨਾਲ ਇਹਨੇ ਦੋ ਡਿਊਟ ਗਾਏ ਸੀਗੇ ਉਹ 인ਦਰ ਲੋਕ ਸਟੂਡੀਓ ਦੇ ਵਿੱਚ ਸ਼ਾਇਦ ਅਜੇ ਵੀ ਕਿਤੇ ਅਲਮਾਰੀ ਦੇ ਵਿੱਚ ਸਪੂਲ ਪਿਆ ਹੋਵੇ। ਅੱਛਾ ਉਹ ਆਏ ਨਹੀਂ ਹੈ। ਮਤਲਬ ਸਤਿੰਦਰ ਸਰਤਾਜ ਨੇ ਡਿਊਟ ਵੀ ਗਾਏ। ਅੱਛਾ ਜੀ। ਮੰਨੋ ਭਾਵੇਂ ਨਾ। ਇਹ ਸੱਚ ਹੈ। ਸੱਚ। ਕਚੇਰੀਆਂ ਦੇ ਮੇਲੇ ਬਹੁਤ ਮਸ਼ਹੂਰ ਗੀਤ ਹੋਇਆ। ਕੁਲਵਿੰਦਰ ਢਿੱਲੋਂ ਦਾ। ਕੁਲਵਿੰਦਰ ਢਿੱਲੋਂ ਦਾ। ਇਹ ਅਸਲ ਵਿੱਚ ਪਹਿਲਾਂ ਅੰਗਰੇਜ਼ ਵਾਲੀ ਦੀ ਆਵਾਜ਼ ਵਿੱਚ ਰਿਕਾਰਡ ਹੋ ਗਿਆ ਸੀ। ਅੱਛਾ ਪਰ ਰਿਲੀਜ਼ ਨਹੀਂ ਹੋਇਆ ਸੀ। ਰਿਲੀਜ਼ ਨਹੀਂ ਹੋਇਆ ਵੀ ਉਹ ਕਬੂਤਰਬਾਜੀ ਦਾ ਮਾਮਲਾ ਸੀ ਅੰਗਰੇਜ਼ ਵਾਲੀ ਮੰਨਿਆ ਨਹੀਂ। ਇਸ ਕਰਕੇ ਅੰਗਰੇਜ਼ ਵਾਲੀ ਦਾ ਰਿਕਾਰਡ ਕੀਤਾ ਹੀ ਰਹਿ ਗਿਆ। ਹਾਂ। ਤੇ ਕਿ ਲਵਿੰਗ ਦਰਟੀ ਲੋਂਦੀ ਬਾਜ ਚ ਹੋਇਆ ਤੇ ਹਟ ਗਿਆ ਹੈ ਇਹ ਸੱਚ ਮੰਨੋ ਭਾਵੇਂ ਨਾ ਮੰਨੋ ਭਾਵੇਂ ਇਸੇ ਤਰ੍ਹਾਂ ਜੀ ਹਰਦੇਵ ਦਲਗੀਰ ਆਪਣੇ ਦੇਵ ਤ੍ਰੀਕੇ ਵਾਲੇ ਨੇ ਜੀ ਇੱਕ ਗੀਤ ਤਿੰਨਾ ਗਾਇਕਾਂ ਤੋਂ ਗੋਆਇਆ ਹੂੰ ਤੇ ਤਿੰਨ ਵਾਰ ਰਾਇਲਟੀ ਲੈ ਲਈ ਅੱਛਾ ਕਿਉਂਕਿ ਐਚ ਐਮ ਦੀ ਰਾਇਲਟੀ ਸੀ ਅ ਰੱਬਾ ਮੇਰੇ ਮਲਾ ਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮਰੂ ਲੱਗਦਾ ਇਹਨੂੰ ਕਰਮਜੀਤ ਧੂਰੀ ਨੇ ਵੀ ਗਾਇਆ ਇਹਨੂੰ ਕੁਲਦੀਪ ਮਾਨਕ ਨੇ ਵੀ ਗਾਇਆ ਇਹਨੂੰ ਸਿਰਿੰਦਰ ਕੌਰ ਨੇ ਵੀ ਗਾਇਆ ਅੱਛਾ ਤਿੰਨੇ ਇੱਕੋ ਗੀਤ ਦੀ ਤਿੰਨ ਤਿੰਨ ਵਾਰ ਰਾਇਲਟੀ ਹਾਂ ਮਨੋ ਭਾਵੇਂ ਨਾ ਇਹ ਸੱਚ ਹੈ ਕੀਮਾ ਮਲਕੀ ਜਿਹੜਾ ਟਾਡੀ ਨਾਵਲਕਰ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ ਸੀ ਮਹਾਮਸਤੀ ਕਰਨਜੀਤ ਕੌਰ ਦੀ ਆਵਾਜ਼ ਚ ਅਜੇ ਤੱਕ ਗੂੰਜਦਾ ਬਹੁਤ ਵਧੀਆ ਇਹੀ ਕੀਮਾ ਮਲਕੀ ਇਹੀ ਤਰਜ਼ ਅਸਲ ਵਿੱਚ ਪਹਿਲਾਂ ਇੱਕ ਵਸੰਤ ਨਾਂ ਦੇ ਸਿੰਗਰ ਨੇ ਰਿਕਾਰਡ ਕਰਾਇਆ ਸੀ ਇਹੀ ਸਾਰੀ ਵਰਟਿੰਗ ਇਹੀ ਤਰਜ਼ ਉਹ ਸੀ ਸੁਮਨ দত্ত ਦਾ ਪਿਤਾ ਸੀ ਉਹ ਅੱਛਾ ਜੀ ਵਸੰਤ ਇਹ ਉਹਨੇ ਗਾਇਆ ਸੀਗਾ ਪਹਿਲੇ ਰੂਪ ਚ ਮਨੋ ਭਾਵੇਂ ਨਾ ਹਾਂ ਪਰ ਸੱਚ ਹੈ ਇਸੇ ਤਰ੍ਹਾਂ ਜੀ ਨਛੱਤਰ ਗਿੱਲ ਹਾਂ ਕਿਸੇ ਵੇਲੇ ਸਰਿੰਦਰ ਥੰਦੀ ਨਾਲ ਕੋਰਸ ਗਾਉਣ ਜਾਂਦਾ ਹੁੰਦਾ ਸੀ ਹਾਂ ਸਰਿੰਦਰ ਲਾੜੀ ਦੀ ਸਟੇਜ ਦੇ ਉੱਤੇ ਗੁਰਪ੍ਰੀਤ ਘੁੱਗੀ ਚੁਟਕਲੇ ਸੁਣਾਉਂਦਾ ਹੁੰਦਾ ਸੀ ਅੱਛਾ ਜੀ ਤੇ ਉਹਦਾ ਸਟੇਜ 77 ਹੁੰਦਾ ਸੀ ਸਰਵਜੀਤ ਕੋਕੇ ਵਾਲੀ ਦੀ ਸਟੇਜ ਤੇ ਵਰਕਤ ਸਿੱਧੂ ਮਹਾਨ ਗਾਇਕ ਕਿਸੇ ਵੇਲੇ ਟੋਪੀ ਲਾ ਕੇ ਤੇ ਟੋਪੀ 'ਚ ਖੰਭ ਟੰਗ ਕੇ ਮੂਰੇ ਨੱਚਦਾ ਹੁੰਦਾ ਸੀ ਹਾਂ ਮੰਨੋ ਭਾਵੇਂ ਨਾ ਸੱਚ ਹੈ ਸੱਚ ਹੈ ਹੁਸਨਾ ਦੇ ਮਾਲਕ ਕੋ ਬਹੁਤ ਮਸ਼ਹੂਰ ਗੀਤ ਸੀ ਕੈਸਟ ਦਾ ਟਾਈਟਲ ਵੀ ਇਹ ਸੀ ਸਿਰ ਉਦੋਂ ਮੈਂ ਸਰਦੂਲ ਨੂੰ ਪੁੱਛਿਆ ਵੀ ਇਹ ਤਰਜ਼ ਤੂੰ ਬਣਾਈ ਆ ਕਿ ਚਰਨਜੀਤ ਦੂਜਾ ਨੇ ਬਣਾਈ ਆ ਉਹ ਕਹਿੰਦਾ ਜੀ ਉਹਨਾਂ ਨੇ ਵੀ ਅੱਧੀ ਗੁਰਜੀ ਜੀ ਨੇ ਬਣਾਈ ਆ ਅੱਧੀ ਮੈਂ ਬਣਾਈ ਆ ਉਹ ਜਿਵੇਂ ਸਾਡਾ ਹਾਸਾ ਸੀ ਆਪਸ ਵਿੱਚ ਪਹਿਲਾਂ ਕਹਾ ਲਿਆ ਫਿਰ ਦੱਸਤਾ ਮੈਂ ਕਿਹਾ ਵੀ ਇਹ ਤਾਂ ਪਾਕਿਸਤਾਨੀ ਗੀਤ ਦੀ ਤਰਜ਼ਾ ਇਹ ਤਾਂ ਮਸੂਦ ਰਾ ਉਹਨਾਂ ਨੇ ਗਾਇਆ ਬਈ ਸੱਜਣਾ ਨਿੰਬੂਹੇ ਅੱਗੇ ਚ ਇੱਕ ਤਾਣ ਲਈ ਆਸ਼ਿਕਾਂ ਤੋਂ ਸੋਣਾ ਮੁੱਖ ਢਾ ਲੁਕਾਣ ਲਈ ਅੰਤਰੀ ਦੀ ਤਰਜ਼ੀ ਉਦਾਂ ਹੀ ਆ ਸਾਡੇ ਕੋਲ ਮੁੱਖ ਨੂੰ ਛੁਪਾਣ ਵਾਲਿਓ ਇਹ ਤੇ ਦੱਸ ਜਾਇਓ ਸ਼ਰਮਾਨ ਵਾਲਿਓ ਪਾਇਸੀ ਪਿਆਰ ਮੁੱਖ ਨੂੰ ਲੁਕਾਣ ਲਈ ਸੱਜਣਾ ਨਿੰਬੂਹੇ ਅੱਗੇ ਚ ਇੱਕ ਤਾਣ ਲਈ ਹੁਸਨਾ ਦੇ ਮਾਲਕ ਨੂੰ ਸਤਾਇਆ ਨਾ ਕਰੋ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਵਾਹ ਇਹ ਮੈਂ ਤਾਂ ਕਹਿੰਦਾ ਸੀ ਉਹਨਾਂ ਨੂੰ ਸਰਦੂਲ ਜੀ ਨੂੰ ਜਾਂ ਚਰਨਜੀਤ ਤੁਹਾਨੂੰ ਨੀਵਾ ਨਹੀਂ ਦਿਖਾਉਂਦਾ ਵੀ ਕਿਵੇਂ ਕਮਰਸ਼ੀਅਲ ਵਾਰਡ ਦੇ ਵਿੱਚ ਇਦਾਂ ਦਾ ਹੋ ਜਾਂਦਾ ਹੋ ਜਾਂਦਾ ਜਿਵੇਂ ਗੋਭੀ ਦੀ ਕੱਚੀ ਵਪਾਰ ਨੇ ਕੀ ਫੁੱਲਾਂ ਦੀ ਕੱਚੀ ਵਪਾਰ ਨੇ ਇਹ ਫਜ਼ਲ ਟੁੰਡੇ ਹੋਣਾਂ ਦੇ ਵੇਲੇ ਦੀ ਯਾਰ ਤਰਜ਼ਾ ਇਹ ਇਹ ਸੀਗਾ ਰੰਗ ਪਰ ਰੰਗ ਲਾਉਣ ਵਾਲੀ ਵਸਦੇ ਦੁਆਰੇ ਤੇ ਰਹਿਣ ਦੀ ਫੁੱਲਾਂ ਦੀ ਕੱਚੀ ਵਪਾਰ ਨੇ ਉਹੀ ਆ ਮੰਨੋ ਭਾਵੇਂ ਨਾ ਸਰਪੰਚ ਫਿਲਮ ਚ ਇੱਕ ਮੁਹੰਮਦ ਸਦੀਕ ਦਾ ਗੀਤ ਬਹੁਤ ਮਸ਼ਹੂਰ ਹੋਇਆ ਸੀ ਜੀ ਨਹੀਂ ਉਹ ਭੁੱਲਣਾ ਵਿਛੋੜਾ ਤੇਰਾ ਸਭੇ ਦੁੱਖ ਭੁੱਲ ਜਾਣਗੇ ਇਹ ਜੋਗੇ ਸ਼ਾਵੜਾ ਤੇ ਫਲਮਾਇਆ ਸੀ ਇਹ ਗੀਤ ਅਸਲ ਵਿੱਚ ਕੀ ਹੋਇਆ ਕਿ ਇਹ ਕੁਲਦੀਪ ਮਾਨਕ ਨੇ ਗਾਉਣਾ ਸੀ ਹੂੰ ਹੂੰ ਕੁਲਦੀਪ ਮਾਨਕ ਹੁਣਾਂ ਦੀ ਫਿਲਮ ਬਣ ਰਹੀ ਸੀਗੀ ਆਪਣੀ ਉਹ ਸੋਚੇ ਸੂਰਮੇ ਤੇ ਆਧਾਰਿਤ ਤੇ ਉਦੋਂ ਵਿਰਿੰਦਰ ਰੌਧ ਵਿੱਚ ਐਕਟਰ ਵੀ ਸੀ ਡਾਇਰੈਕਟਰ ਵੀ ਸੀ ਵਿਰਿੰਦਰ ਨੇ ਠੋਕ ਕੇ ਪੈਸੇ ਲਏ ਮਾਨਕ ਕਹਿ ਬੈਠਾ ਆਪਦੇ ਸੁਭਾਅ ਮੁਤਾਬਕ ਵੀ ਤੂੰ ਵੀ ਪੈਸੇ ਲਏ ਜਾ ਤੇ ਮੈਂ ਵੀ ਤੇਰੀ ਫਿਲਮ ਚ ਸਰਪੰਚ ਦੇ ਵਿੱਚ ਗੀਤ ਗਾਉਣ ਦੇ ਪੈਸੇ ਲਵਾਂਗਾ ਵਿਰਿੰਦਰ ਵੱਡਾ ਬੇਕਰ ਸੀਗਾ ਔਰ ਈਗੋ ਪ੍ਰੋਬਲਮ ਆ ਗਈ ਉਹਨੇ ਮਾਨਕ ਨੂੰ ਛੱਡ ਕੇ ਇਗੀਤ ਸਦਿਖਤ ਤਰਵਲ ਸਦਿਖਤ ਗੋਆਲਿਆ ਅੱਛਾ ਜੀ ਮੰਨੋ ਭਾਵੇਂ ਨਾ ਸੱਚ ਹੈ ਇਹ ਸੱਚ ਹੈ ਅਰੇ ਸੱਚ ਹੈ ਦਿਦਾਰ ਸੰਧੂ ਆਪ ਹੀ ਲਿਖਦਾ ਸੀ ਆਪ ਹੀ ਗਾਉਂਦਾ ਸੀ ਮੋਸਟਲੀ ਪਰ ਕਿਤੇ ਕਿਤੇ ਦੂਸਰਾ ਵੀ ਸੀ ਉਹਨੇ ਇੱਕੋ ਇੱਕ ਕਲੀ ਗਾਈ ਸੀ ਸ਼ੀਸ਼ਾ ਲੈ ਲੈ ਬਿੰਦੀ ਲਾਉਂਦੀ ਟਿੱਕੇ ਬਿੰਦੀਆਂ ਨੂੰ ਕਾਫੀ ਮਸ਼ਹੂਰ ਚੱਲੀ ਸੀ ਨਾਲ ਜਗਰੂਪ ਰੂਪ ਨੇ ਗਾਈ ਸੀ ਤੇ ਇਹ ਕਲੀ ਉਹਦੀ ਲਿਖੀ ਹੋਈ ਨਹੀਂ ਸੀ ਇਹ ਹਜੂਰਾ ਸਿੰਘ ਬਟਾਰੀ ਦੀ ਲਿਖੀ ਹੋਈ ਸੀ ਹੂੰ ਦਾ ਲਿਖ ਦਾ ਨਾਮ ਤਾਂ ਨਹੀਂ ਹੁੰਦਾ ਪਰ ਉਹ ਦੀ ਸੀ ਜਿਹਦੀ ਟਾਡੀ ਦਦਾਰ ਸਰੋ ਟੈਂਟੇ ਨੇ ਜੀ ਜੀ ਉਹਨੇ ਹੀਰ ਦੀਆਂ ਕਲੀਆਂ ਦਾ ਬਹੁਤ ਲਿਖੀਆਂ ਜਮਲਾ ਜੱਟ ਵੀ ਆਪ ਹੀ ਗੀਤ ਲਿਖਦਾ ਸੀ ਆਪ ਹੀ ਗਾਉਂਦਾ ਸੀ ਜਮਲਾ ਜੀ ਬਾਰੇ ਮਸ਼ਹੂਰ ਆ ਪਰ ਮੁਢਲੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਉਹ ਆਪ ਦਾ ਗੀਤਕਾਰੀ ਦੇ ਵਿੱਚ 우ਸਤਾਦ ਵੀ ਮੰਨਦਾ ਉਹਦਾ ਨਾਮ ਸੀ ਸੁੰਦਰਦਾਸ ਆਸੀ ਮੁਢਲੇ ਦੋ ਤਿੰਨ ਚਾਰ ਗੀਤ ਜਿਹੜੇ ਸੀਗੇ ਉਹ ਜਮਲਾ ਜੀ ਦੇ ਲਿਖੇ ਹੋਏ ਨਹੀਂ ਸੀ ਉਹ ਸੁੰਦਰਦਾਸ ਆਸੀ ਦੇ ਸੀ ਅੱਛਾ ਜੀ ਮਰੇ ਖਲ ਬਸ ਕਰਾਂ ਲਿਸਟ ਬਹੁਤ ਠੀਕ ਠੀਕ ਬਿਲਕੁਲ ਠੀਕ ਆ ਅਸਲ ਵਿੱਚ ਨਾ ਵੀ ਐਂ ਕਰਨ ਨੂੰ ਚੱਤ ਨਹੀਂ ਕਰਦਾ ਵੀ ਚਲੋ ਬਸ ਕਰੋ ਜੀ 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 ਇਹ ਹਰ ਗੱਲ ਨਵੀਂ ਹੈ ਬਿਲਕੁਲ ਇਹ ਕਿਸੇ ਨੂੰ ਵੀ ਨਹੀਂ ਪਤਾ ਇਹ ਗੱਲਾਂ ਸਾਰੀਆਂ ਨਵੀਆਂ ਗੱਲਾਂ ਨੇ ਹਾਂਜੀ ਇਹ ਨਹੀਂ ਮੇਰੇ ਕੋਲ ਇਹ ਦੇਖ ਲਓ ਬਈ ਮਤਲਬ ਪੂਰੀ ਕਿਤਾਬ ਲੰਮੀ ਚੌੜੀ ਕਿਤਾਬ ਬਣਦੀ ਹੈ ਇਹ ਤੇ ਕਦੋਂ ਬਣ ਜੂ ਮਿਲ ਲੱਗਿਆ ਤਾਂ ਹੋਇਆ ਕੋਸ਼ਿਸ਼ ਤਾਂ ਇਹੀ ਆ ਸੁਸਤੀ ਨਹੀਂ ਖੜਾ ਛੱਡ ਰਹੀ ਹੂੰ ਸੋਨ ਸਾਬਾ ਸਮਾਨ ਜਿਹੜਾ ਉਹ ਰੁਕਣ ਦਾ ਇਸ਼ਾਰਾ ਕਰ ਰਿਹਾ ਹਾਂਜੀ ਹਾਂਜੀ ਤੇ ਕੋਈ ਪਸੰਦੀਦਾ ਸਵਾਲ ਜੀ ਪੁੱਛ ਲੀਏ ਫਿਰ ਪੁੱਛੋ ਚੱਜ ਦਾ ਵਿਚਾਰ ਚਾਕੇ ਤੁਹਾਨੂੰ ਕਿਵੇਂ ਦਾ ਲੱਗਿਆ ਹਾਂਜੀ ਚੱਜ ਦਾ ਵਿਚਾਰ ਚਾਕੇ ਕਿਵੇਂ ਦਾ ਲੱਗਿਆ ਮੈਂ ਬੜੇ ਚਿਰ ਦਾ ਢੀਕ ਦੱਸਿਓ ਕਹਿੰਦੇ ਨਾ ਮਹਾਰਾਜ ਰਣਜੀਤ ਸਿੰਘ ਵੇਲੇ ਇੱਕ ਵਾਰ ਰੋਟੀਆਂ ਦਾ ਟੋਕਰਾ ਸੀਗਾ ਅੱਛਾ ਉਹ ਇੱਕ ਕੁੜੀ ਪਿੱਛੇ ਖੜੀ ਸੀ ਵੀ ਚਲੋ ਨਹੀਂ ਵਾਰੀ ਆਉਂਦੀ ਕੋਈ ਨਹੀਂ ਡਿੱਕੀ ਚਲੋ ਡਿੱਕੀ ਚਲੋ ਤੇ ਉਹ ਫਿਰ ਪਤਾ ਲੱਗਿਆ ਵੀ ਖੀਰ ਤੇ ਉਹਨੂੰ ਸੋਨੇ ਦੀ ਰੋਟੀ ਮਿਲੀ ਵਾਹ ਅਸਲ ਵਿੱਚ ਪ੍ਰੋਗਰਾਮ ਇੰਨਾ ਜ਼ਿਆਦਾ ਦੇਖਿਆ ਜਾਂਦਾ ਉਹਦੇ ਵਿੱਚ ਤੁਹਾਡੇ ਹਿੱਸੇ ਕੱਢ ਕੇ ਕਿ ਵੀਰ ਛੋਟੇ ਛੋਟੇ ਹਿੱਸੇ ਤੁਸੀਂ ਇੱਕ ਕੋਈ ਪਿਆਰੀ ਗੱਲ ਕਰਤੀ ਆਸੇ ਵਾਲੀ ਕਰਤੀ ਜਾਂ ਜਾਣਕਾਰੀ ਵਾਲੀ ਕਰਤੀ ਉਹ ਲੋਕ ਇੱਕ ਦੂਜੇ ਨੂੰ ਭੇਜਦੇ ਆ ਮੈਨੂੰ ਵੀ ਭੇਜਦੇ ਆ ਜੀ ਤੇ ਫਿਰ ਲੱਗਦਾ ਹੁੰਦਾ ਵੀ ਹਾਂ ਯਾਰ ਮਤਲਬ ਇੱਕ ਵਾਰ ਮੈਨੂੰ ਇਹ ਤਮੰਨਾ ਸੀ ਯਾਰ ਵੀ ਸ੍ਰਿੰਦਰ ਕੌਰ ਨੇ ਵੀ ਹਾਲਾਂਕਿ ਮੇਰੇ ਗੀਤ ਗਾਏ ਆ ਜੀ ਵੀ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਮੇਰਾ ਗੀਤ ਰਿਕਾਰਡ ਹੋਇਆ ਸलो ਉਹ ਵੀ ਗਏ ਸੀ ਕਈ ਕੀਤਾਗੇ ਸੀਗੇ ਜਟ ਜੋ ਦੇ ਫਿਲਮ ਚ ਬਿੰਦ ਰੱਖੀਦੇ ਉਹਦਾ ਆਗੇ ਸੀ ਤੇ ਇਹ ਮੈਨੂੰ ਵੀ ਇਸ ਪ੍ਰੋਗਰਾਮ ਦਾ ਸੀਗਾ ਤੇ ਕਈ ਵਾਰ ਤਾਂ ਐਵੇਂ ਕਹਿੰਦੇ ਹੁੰਦੇ ਨੇ ਨੋਨ ਜੀ ਅਸੀਂ ਤੁਮ ਬਹੁਤ ਸੀ ਅਸੀਂ ਆਹ ਕਰ ਦਿੰਨੇ ਫਲਾ ਤਾਂ ਮੈਂ ਕਹ ਵੀ ਮੈਂ ਇਹ ਯਾਨੀ ਇਹ ਐਨ ਸੱਚ ਤੇ ਦਿਲੋਂ ਕਹਿ ਰਿਹਾ ਵੀ ਆ ਇਸੇ ਕਰਕੇ ਦੇਖੋ ਨਾ ਪਿੱਛੇ ਦਾ ਪੇਪਰ ਵਰਕ ਆ ਬਿਲਕੁਲ ਸਹੀ ਕਿਤੇ ਨਹੀਂ ਕਦੇ ਵੀ ਨਹੀਂ ਕਿਤੇ ਵੀ ਨਹੀਂ ਆਇਆ ਇਹ ਤੇ ਉਹ ਬਿੰਦ ਰੱਖੀਏ ਵੀ ਆਰੇ ਵੀ ਤੁਸੀਂ ਗੱਲਾਂ ਕੁਛ ਕਹਾ ਲਈਆਂ ਤੇ ਇੱਕ ਜਿਹੜਾ ਤੁਸੀਂ ਏਦਾਂ ਫੈਮਿਲੀ ਐਟਮੋਸਫੀਅਰ ਬਣਾ ਲਏ ਨੇ ਉਹ ਕੁਮਾਲ ਦਾ ਸਤੂ ਸਾਬ ਅਸੀਂ ਤੁਹਾਡੀ ਨਾਲ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਆ ਤੁਸੀਂ ਲਗਾਤਾਰ ਲਿਖੀ ਜਾਓ ਜੀ ਹੋਰ ਵੀ ਚੰਗਾ ਲਿਖੋ ਬਹੁਤ ਚੰਗਾ ਲਿਖਿਆ ਵੀ ਆ ਤੇ ਤੰਦਰੁਸਤ ਰਹੋ ਨੌੰਬਰ ਨੌ ਰੋ ਤੇ ਮੈਂ ਤੁਹਾਡੀ ਜਿਹੜੀ ਡਰੈਸ ਜੋ ਤੁਹਾਡੀ ਵੇਸ਼ਭੂਸ਼ਾ ਉਹ ਪਹਿਲਾਂ ਵੀ ਬੜੀ ਫੱਬਦੀ ਹੁੰਦੀ ਸੀ ਅੱਜ ਵੀ ਫੱਬਦੀ ਤੇ ਫੱਬਦੀ ਰਵੇ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਕੁਝ ਨਵਾਂ ਸੀ ਜਾਣਿਆ ਬਹੁਤ ਸਾਰੀਆਂ ਗੱਲਾਂ ਤੁਹਾਡੇ ਤੋਂ ਅਸੀਂ ਜਾਣੀਆਂ ਨੇ ਇਹਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਟਾਈਮ ਕੱਢਿਆ ਦੁਬਾਰਾ ਜਦੋਂ ਕਿਤੇ ਮੌਕਾ ਮਿਲੇ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਫਿਲਹਾਲ ਅਸੀਂ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀ ਕਿਰਿਆ ਜ਼ਰੂਰ ਸਾਡਤੇ ਪਹੁੰਚਾਇਓ ਤਿੰਨਾਂ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰੀ ਚੰਚਦਾ ਵੀ ਚਾਹ